ਪੇਰੈਂਟਸ ਥੱਕੇ ਹੁੰਦੇ ਆ ਜੋਬ ਤੋਂ ਆਉਂਦੇ ਆ ਬੱਚੇ ਤੁਹਾਨੂੰ ਕਿੰਨਾ ਕੁਛ ਸਕੂਲ ਤੋਂ ਆ ਕੇ ਕਹਿਣਾ ਚਾਹੁੰਦੇ ਆ ਸ਼ੇਅਰ ਕਰਨਾ ਚਾਹੁੰਦੇ ਆ ਆਪਣਾ ਵਰਕ ਦਿਖਾਉਣਾ ਚਾਹੁੰਦੇ ਆ ਬਟ ਸਮਟਾਈਮਸ ਪੇਰੈਂਟਸ ਜਿਹੜੇ ਆ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਜਾਂ ਆਪਣਾ ਮਸ਼ਰੂਫ ਹੁੰਦੇ ਆ ਕਿਸੇ ਨਾ ਕਿਸੇ ਗੱਲ ਦੇ ਵਿੱਚ ਜੇ ਇਹ ਆਪਣੇ ਵਿੱਚ ਇਹ ਸਪੈਸ਼ਲ ਬੌਂਡ ਨਹੀਂ ਹੈਗਾ ਤਾਂ ਉਹਦੇ ਜਿਹੜੇ ਆਊਟਕਮਸ ਆ ਉਹ ਬਹੁਤ ਜ਼ਿਆਦਾ ਆਪਾਂ ਨੂੰ ਕਈ ਵਾਰੀ ਸੀਰੀਅਸ ਹੋ ਜਾਂਦੇ ਆ ਬੱਚਾ ਜਿਹੜਾ ਵਾ ਉਹ ਸਟ੍ਰੈਸ ਦੇ ਵਿੱਚ ਹੋ ਜਾਂਦਾ ਜਾਂ ਆਪਣੀ ਗੱਲ ਨਹੀਂ ਕਿਸੇ ਨਾਲ ਸ਼ੇਅਰ ਕਰ ਪਾਉਂਦਾ ਉਹ ਸਭ ਤੋਂ ਵੱਡੀ ਗੱਲ ਉਹ ਬੱਚਾ ਐਂਟੀ ਸੋਸ਼ਲ ਹੋ ਜਾਂਦਾ ਜਦੋਂ ਗੁਰੀ ਕਹਿ ਰਹੇ ਸੀਗੇ ਕਿ ਆਪਾਂ ਪੁੱਛਦੇ ਹਾਂ ਕਿ ਸਾਡੇ ਜਦੋਂ ਬੱਚੇ ਆਉਂਦੇ ਤਾਂ ਆਪਾਂ ਪੁੱਛ ਉਹਨਾਂ ਨੂੰ ਪੁੱਛੀਏ ਕਿ ਤੁਹਾਡਾ ਦਿਨ ਕਿੱਦਾਂ ਰਿਹਾ ਅਤੇ ਮੈਨੂੰ ਇਸ ਚੀਜ਼ ਦੀ ਖੁਸ਼ੀ ਹੋ ਰਹੀ ਸੀ ਉਸ ਟਾਈਮ ਕਿ ਮੇਰੇ ਦੋਨੋਂ ਬੱਚੇ ਆ ਕੇ ਮੈਨੂੰ ਪਹਿਲਾਂ ਪੁੱਛ ਲੈਂਦੇ ਨੇ ਅਤੇ ਅੱਜ ਦੇ ਜਿਹੜਾ ਡਿਜੀਟਲ ਐਰਾ ਹੈਗਾ ਆ ਉਹਦੇ ਵਿੱਚ ਤੁਹਾਡਾ ਇੱਕ ਬੱਚਾ ਜਿਹੜਾ ਘਰੇ ਬੈਠਾ ਆ ਇੱਕ ਤੁਹਾਡੇ ਲਿਵਿੰਗ ਰੂਮ 'ਚ ਬੈਠਾ ਵੀ ਆਪਣੇ ਆਪ ਨੂੰ ਇੱਕ ਅਨਸੇਫ ਸਿਚੁਏਸ਼ਨ 'ਚ ਪਾ ਸਕਦਾ ਹੈ ਬਿਕੋਜ਼ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਹਾਵੀ ਆ ਬਿਲਕੁਲ ਇਹ ਸਿਗਨੀਫਾਈ ਕਰਦਾ ਵੀ ਮਾਂ ਦਾ ਰੋਲ ਜਿਹੜਾ ਵਾ ਕਿੰਨਾ ਇੰਪੋਰਟੈਂਟ ਆ ਇੱਕ ਫੈਮਿਲੀ ਦੇ ਵਿੱਚ ਔਰ ਜੇ ਪੁੱਛਣਾ ਹੋਵੇ ਦੇਖਣਾ ਹੋਵੇ ਵੀ ਕਿੰਨਾ ਇੰਪੋਰਟੈਂਟ ਆ ਤੇ ਉਹ ਪਰਿਵਾਰ ਦਾ ਵਿੱਚ ਦੇਖ ਸਕਦੇ ਆ ਵੀ ਜਿੱਥੇ ਮਾਂ ਹੈ ਨਹੀਂ ਇਹ ਦੱਸਣਾ ਚਾਹੀਦਾ ਵੀ ਤੁਸੀਂ ਤੁਹਾਡੀਆਂ ਲਿਮਿਟਸ ਕੀ ਆ ਬੱਚੇ ਇਸ ਹੱਦ ਤੱਕ ਜਾਣ ਹੀ ਕਿੱਦਾਂ ਇਹ ਚੀਜ਼ ਇਹ ਹੈਗੀ ਹੈ ਕਿ ਪੇਰੈਂਟਸ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਕਮਿਊਨੀਕੇਸ਼ਨ ਜੀ ਐਂਡ ਕਮਿਊਨੀਕੇਸ਼ਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਇੱਕ ਘੰਟਾ ਦਿਨ 'ਚ ਆਪਣੇ ਬੱਚੇ ਨਾਲ ਉਹਨੂੰ ਤੰਗ ਕਰੋ ਉਹਦੇ ਨਾਲ ਗੱਲਾਂ ਕਰੋ ਸਵੇਰੇ ਜਦੋਂ ਤੁਸੀਂ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੇ ਹੋ 10 ਮਿੰਟ ਤੁਹਾਡੇ ਕੋਲ ਹੈਗੇ ਨੇ ਉਹਨੂੰ ਪੁੱਛੋਗੇ ਤੇਰੇ ਸਕੂਲ 'ਚ ਕੀ ਚੱਲ ਰਿਹਾ ਤੇਰੇ ਇਸ ਸਾਲ ਦੇ ਅਕੈਡਮਿਕਸ ਗੋਲਸ ਕਿਹੜੇ ਹੈਗੇ ਨੇ ਫਿਰ ਤੇਰੇ ਫਰੈਂਡਸ ਕਿਹੜੇ ਹੈਗੇ ਨੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਆ ਕਈ ਵਾਰੀ ਆਪਣੇ ਜਿਹੜੇ ਕਈ ਪੇਰੈਂਟਸ ਇੰਨੇ ਕੁ ਮਸ਼ਰੂਫ ਆ ਉਹ ਆਪਣੇ ਬੱਚਿਆਂ ਨੂੰ ਪੁੱਛਦੇ ਨਹੀਂ ਜਾਂ ਕੋਈ ਗੱਲਬਾਤ ਨਹੀਂ ਕਰ ਪਾਉਂਦੇ ਚਲੋ ਕੰਮ ਦੇ ਕਰਕੇ ਬੱਚਿਆਂ ਨੂੰ ਇੱਦਾਂ ਲੱਗਦਾ ਸਭ ਤੋਂ ਵੱਡਾ ਜਿਹੜਾ ਇਸ਼ੂ ਕਿ ਮੈਂ ਕਿਸੇ ਦਾ ਜਵਾਬ ਦੇ ਨਹੀਂ ਹੈ ਵੀ ਮੇਰੇ ਬੱਚੇ ਨੂੰ ਸੁਣਨਾ ਪੰਨਾ ਮਹਿਸੂਸ ਹੋਵੇ ਉਹਨੂੰ ਆਪ ਹੀ ਫੋਨ ਫੜਾ ਲੈ ਫੜ ਫੋਨ ਭਾਈ ਫੋਨ 'ਤੇ ਕੁਛ ਦੇਖ ਲਾ ਲੈਪਟੋਪ ਫੜ ਲੈਪਟੋਪ 'ਤੇ ਕੁਛ ਦੇਖ ਲਾ ਅਤੇ ਮੇਰੀ ਜਾਨ ਸੌਖੀ ਰਹੇ ਮਤਲਬ ਇੱਕ ਅਪ ਅਸੀਂ ਆਪਣੀ ਜਾਨ ਸੌਖੀ ਕਰਦੇ ਕਰਦੇ ਉਸ ਬੱਚੇ ਦਾ ਜਿਹੜਾ ਮਾਇੰਡ ਆ ਉੱਦਾਂ ਉਹਨੂੰ ਪ੍ਰਿਪੇਅਰ ਕਰ ਦਿੰਦੇ ਉਹਨੂੰ ਬੱਚੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ ਉਹਨਾਂ ਗੱਲਾਂ ਕਰੋ ਨਾ ਕਿ ਆਪਾਂ ਜਦੋਂ ਬੱਚੇ ਨੂੰ ਕਹਿ ਦਈਦਾ ਹਾਂ ਵੀ ਮੈਂ ਰੋਟੀ ਬਣਾਉਣੀ ਆ ਲੈ ਤੂੰ ਟੈਬਲੇਟ ਦੇ ਬਿਲਕੁਲ ਉੱਥੋਂ ਹੀ ਆਪਾਂ ਨੂੰ ਪਹਿਲਾਂ ਤਾਂ ਉਹ ਚੀਜ਼ ਬਿਲਕੁਲ ਜਿਹੜੀ ਉਹ ਸਟੋਪ ਕਰਨੀ ਚਾਹੀਦੀ ਆਪਣੇ ਬੱਚਿਆਂ ਨੂੰ ਜੇ ਤੁਸੀਂ ਜ਼ਿਆਦਾ ਸਮਾਂ ਨਹੀਂ ਦੇ ਸਕਦੇ ਤਾਂ ਹਰ ਰੋਜ਼ 5 ਤੋਂ 10 ਮਿੰਟ ਜ਼ਰੂਰ ਦਿਓ ਕਲਚਰਲ ਐਕਟੀਵਿਟੀਜ਼ ਜ਼ਰੂਰ ਹੋਣੀਆਂ ਚਾਹੀਦੀਆਂ ਅਤੇ ਇੱਕ ਤਾਂ ਕਿ ਬੱਚੇ ਹੁਣ ਜਿੱਦਾਂ ਦਿਵਾਲੀ ਆ ਦਿਵਾਲੀ 'ਤੇ ਨੋ ਮੈਟਰ ਉਹ ਮੁਸਲਿਮ ਆ ਨੋ ਮੈਟਰ ਉਹ ਗੋਰਾ ਵੀ ਸਾਰੇ ਜਿਹੜੇ ਆ ਕੋਸਟਿਊਮ ਪਾ ਕੇ ਆ ਉਹ ਆਪਾਂ ਸੈਲੀਬ੍ਰੇਟ ਕਰ ਪੰਜਾਬੀ ਨੈਸ਼ਨਲ ਟੈਲੀਵਿਜ਼ਨ 'ਤੇ ਪ੍ਰੋਗਰਾਮ ਐਡਮਿੰਟਨ ਡੇਅ ਲੈ ਕੇ ਹਾਜ਼ਰ ਹਾਂ ਜੀ ਮਨਜੀਤ ਸਿੰਘ ਫਿਰਮਣ ਵੱਲੋਂ ਆਪ ਜੀ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਦੋਸਤੋ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਐਡਮਿੰਟਨ ਸ਼ਹਿਰ ਦੇ ਜਾਣੇ ਪਛਾਣੇ ਸ਼ਾਇਰ ਅਤੇ ਕਵੀ ਪਵਿੱਤਰ ਧਾਲੀਵਾਲ ਦੀਆਂ ਲਿਖੀਆਂ ਸਤਰਾਂ ਤੋਂ ਕਰਨਾ ਚਾਹਾਂਗਾ ਮਾਂ ਨਾਲ ਸਭ ਹਰਿਆ ਭਰਿਆ ਮਾਂ ਨਾਲ ਰੰਗਲੀ ਦੁਨੀਆ ਮਾਂ ਦੀ ਕੁੱਖੋਂ ਜਨਮ ਲਿਆ ਏ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਮਾਂ ਦੀ ਬੁੱਕਲ ਰੱਬ ਦਾ ਮੰਦਰ ਮਾਂ ਦੀ ਬੁੱਕਲ ਰੱਬ ਦਾ ਮੰਦਰ ਹੋਰ ਰਿਸ਼ਤਾ ਜਗ 'ਤੇ ਕਿਹੜਾ ਮਾਂ ਤੁਰ ਜੇ ਤਾਂ ਇੰਝ ਲੱਗਦਾ ਜਿਵੇਂ ਸੁੰਨਾ ਹੋ ਗਿਆ ਵਿਹੜਾ ਮਾਂ ਬਾਜੋਂ ਉਹਦਾ ਪੁੱਤ ਪਵਿੱਤਰ ਮਾਂ ਬਾਜੋਂ ਉਹਦਾ ਪੁੱਤ ਪਵਿੱਤਰ ਹੁਣ ਇਕੱਲਾ ਬਹਿ ਬਹਿ ਰੋਵੇ ਆਖੇ ਮਾਂ ਚਿੱਤ ਨਹੀਂ ਲੱਗਦਾ ਨਾ ਮਾਂ ਰੱਬ ਕਿਸੇ ਦੀ ਖੋਵੇ ਮੋਹ ਦੇ ਪੰਛੀ ਉੱਡ ਗਏ ਅੰਬਰੀ ਰੁਕ ਗਿਆ ਘਰ ਵਿੱਚ ਵੱਜਣੋ ਗੇੜਾ ਮਾਂ ਤੁਰਜੇ ਤਾਂ ਇੰਝ ਲੱਗਦਾ ਜਿਵੇਂ ਸੁੰਨਾ ਹੋ ਗਿਆ ਵਿਹੜਾ ਮਾਂ ਤੁਰਜੇ ਤਾਂ ਇੰਝ ਲੱਗਦਾ ਜਿਵੇਂ ਸੁੰਨਾ ਹੋ ਗਿਆ ਵਿਹੜਾ ਜੀ ਹਾਂ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਦਰ ਡੇ ਦੇ ਉੱਪਰ ਗੱਲਬਾਤ ਕਰਾਂਗੇ ਦੁਨੀਆ ਦਾ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਇਸ ਰਿਸ਼ਤੇ ਦੀ ਪਵਿੱਤਰਤਾ ਇਸ ਰਿਸ਼ਤੇ ਦੀ ਅਹਿਮੀਅਤ ਬਾਰੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣ ਲਈ ਮੇਰੇ ਨਾਲ ਨੇ ਪਹਿਲਾਂ ਇੱਧਰ ਜੁੜੇ ਹੋਏ ਗੁਰੀ ਧਾਲੀਵਾਲ ਜੀ ਅਤੇ ਨਾਲ ਨੇ ਅਮਨਪ੍ਰੀਤ ਕੌਰ ਔਲਖ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਜਿਵੇਂ ਜ਼ਿਕਰ ਕੀਤਾ ਆਪਾਂ ਵੀ ਮਾਵਾਂ ਦਾ ਜਿਹੜਾ ਮਹੱਤਵ ਆ ਅੱਜ ਦੇ ਇਸ ਦਿਨ ਦੇ ਬਾਬਤ ਉਸ ਦੀ ਚਰਚਾ ਕਰਾਂਗੇ ਮੈਂ ਚਾਹਾਂਗਾ ਕਿ ਥੋੜ੍ਹੀ ਥੋੜ੍ਹੀ ਬਰੀਫ ਦੇ ਵਿੱਚ ਜਾਣਕਾਰੀ ਦਿਓ ਤੁਸੀਂ ਆਪਣੇ ਬਾਰੇ ਅਤੇ ਨਾਲ ਦੇ ਨਾਲ ਅਗਰ ਤੁਸੀਂ ਆਪਣੀ ਪੇਰੈਂਟਿੰਗ ਬਾਰੇ ਜ਼ਿਕਰ ਕਰਨਾ ਚਾਹੋ ਤਾਂ ਉਹ ਵੀ ਇੱਕ ਬਹੁਤ ਵਧੀਆ ਹੋਵੇਗਾ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ
मैं गुरी धालीवाल, मैं प्रोफेसनल तौर पर एक रियल्टर हाँ। तो रही गल अपना पेरेंटिंग दी, मैं एक मदर हाँ, मेरा बेटा है 13 ईयर्स ओल्ड, मेरी डॉटर है शी इज़ 10 ईयर्स ओल्ड। पेरेंटिंग बारे ये कि आप इतने सारे जने जॉब मदरस आ, सारे काम करते हैं, कोई बिजनेस करता कोई जॉब करता। द बेस्ट वी कैन डू फॉर अवर किड्स इज़ उन्होंने एक रेगुलर बेसिस पर अपने सारे दिन के स्कैजूल के विचों एक थोड़ा जा टाइम काट के उन्होंने पर्सनली एक टाइम देना। दूजा अपने बच्चे दे नाल एक स्पेशल बॉन्ड क्रिएट करना, एक मतलब फ्रेंड वाला बॉन्ड क्रिएट करना कि बच्चा तुहाडे नाल आके हर गल जिहड़ी शेयर करे, वो तुहाडे नाल कोई भी गल शेयर करन तो हैजीटेट ना होवे। एंड उन्होंने एक्नोलेज करना अपने बच्चों, उन्हों की एक्टिविटीज़ नू। बच्चे कई बार पेरेंट्स थके होंगे जॉब तो आते हैं, बच्चे तो कि कुछ स्कूल तो आके कहना चाहते हैं, शेयर करना चाहते, अपना वर्क दिखाना चाहते हैं, बट समटाइम्स पेरेंट्स जिहड़े आ उन्हां कोल टाइम नहीं हुंदा या अपना मशरूफ हुंदे आ किसी ना किसी गल दे विच। सो जरूर वो जो कह रहे आ उन्हां नू सुनो, विदाउट क्वेश्चनिंग दैम, उन्हां नू लिसन करो, उन्हां दी छोटी छोटी चीज़ां नू एप्रीशिएट करो, एक्नोलेज करो। एंड उन्हां नू क्वेश्चन पुछो कि तुसी की कीता स्कूल दे विच, तुहाडा दिन किद्दां रहा। एंड जे वो तुहानू कोई अपनी प्रॉब्लम दसदे आ उन्हां नू दसो, लाइक हाउ कैन यू हैल्प दैम, है ना, ताकि नैक्सट डे उस चीज़ नू सुन के हैप्पी फील करन, तुहानू आ के अगले दिन जिथे उन्होंने तुहानू एक गल दसी सी दो गल्लां होर दसन, लाइक उन्हां दा जिहड़ा मन आ तुहानू गल्लां दसन लई वड्डा होवे। जी ये जिहड़ा एक रिलेशन आ अपने बच्चियां दे विच ते तुहाडे विच क्रिएट करना बहुत ही जरूरी आ। एक क्वालिटी टाइम स्पेंड करना बच्चियां दे नाल बाहर, अपने बिजी स्केजूअल चो वीक च एक बारी नहीं तो मंथ च दो बारी उन्होंने बाहर लेके जाना, उन्होंने हैप्पी फील कराना, ताकि वो तुहाडे नाल एक अपना स्पेशल बॉन्ड जिहड़ा वो समझन, है ना। जे अपने विच स्पेशल बॉन्ड नहीं हैगा तो उहदे जिहड़े आउटकम्स आ वो बहुत ज़्यादा आपां नूं कई बारी सीरीयस हो जाते हैं। बच्चा जिहड़ा वा वो स्ट्रेस दे विच हो जाता या अपनी गल नहीं किसी ना शेयर कर पाता, वो सब तो वड्डी गल वो बच्चा एंटी सोशल हो जाता। जी जी, क्योंकि स्कूल दे विच जिहड़ियां एक्टिविटीज़ बाकी बच्चे कर रहे उही तुहाडा बच्चा कर रहा, वो कुछ वक्खरा नहीं कर रहा, उन्हूं तुसीं वक्खरा किद्दां बना सकते हैं अपने घर के माहौल नाल, अपने घर के कल्चर, उन्हूं वक्खरी ट्रीटमेंट भी देनी पवेगी। हाँ जी, वो बच्चे के बिहेवियर नूं समझना, उन्हों उस बिहेवियर नूं इंप्रूव करना, सब कुछ अपने हाथ दे विच हुंदा। और एक थोड़ा जा एक बच्चे लिए, अपने बच्चे लिए थोड़ा जा टाइम कढ़ के उन्हों एक टाइम देन दे नाल ही बहुत वड्डा जिहड़ा इट्स गोना मेक अ बिग डिफरेंस। दैट्स अ गुड सजेशन। हाँ जी अम्मा जी, हुण चाहांगा कि तुसीं भी थोड़ी जी अपनी इंट्रोडक्शन दे नाल दे नाल अपनी पेरेंटिंग नाल रिलेटेड कोई एक्सपीरियंस सांझे करने चाहोते। सब तो पहला मेरे वल्लों पंजाबी नैशनल टीवी दे सारे व्यूअर्स नूं सत श्री अकाल। तो मेरा एक्चुअली एज ए मदर एंड एज ए टीचर काफ़ी लंबा सफ़र हैगा आ। आई टॉट फ्रॉम 2002 टू 2009 विद कैथलिक स्कूल बोर्ड फोर्ट मैकमरी, एंड दैन थोड़े गैप तो बाद मैं 2017 तो लैके 2019 तक खालसा स्कूल कैलगरी एज ए सब्सटीट्यूट टीचर काम किया है। एज ए मदर मेरे दो बेटे ने, एक 20 ईयर्स ओल्ड एंड एक 15 ईयर्स ओल्ड, सो आई डेफिनेटली हैव अ टीन एट होम। एंड आई अंडरस्टैंड के अपन बहुत सारे चैलेंजेस आ रहे हैं। एंड मदर्स डे मेरे लिए स्पेशल इसलिए हैगा कि मैं जिनी क्लोज अपने मदर से सी उन्नी क्लोज मेरे बच्चे भी ने। सो जो गुरी कह रहे थे कि आप पुछते हैं कि साढ़े जो बच्चे आते तो आप उन्होंने पूछिए कि थोड़ा दिन किदा रहा, तो मैनू इस चीज़ की खुशी हो रही थी उस टाइम कि मेरे दोनों बच्चे आके मैनू पहला पूछ लेंगे कि मॉम थोड़ा दिन किदा, हाउ वाज़ योर डे, हाउ वाज़ योर डे। सो दैट मेक्स मी हैप्पी। एंड उस तो बाद फिर आप ऑब्वियसली मैं उन्होंने काउंटर क्वेश्चन कर दी कि थोड़ा किदा रहा। तो मेरा ये दोनों एक्चुअली रोल्स के सफ़र बहुत ही वधिया रहा लाइफ के विच। तो wherever I am, I think I'm because of my mother, and I want to wish everyone a happy Mother's Day for sure. It's a very special day. Bilkul. It makes you feel very special, especially a mother.
बिल्कुल। और अज का दिन खास इस करके भी है कि क्योंकि ना मौजूदा समय के पेरेंटिंग लैके और जो मदर का बच्चे ना रिलेशन है उन्होंने लैके नॉट ओनली मदर ईवन फादर की भी गल कर लिए बड़ी नवी चैलेंजस आ रही ने। असं इस प्रोग्राम के भी चर्चा करने की कोशिश करा भाई ये जो समस्यावान ने किदा दियाँ ने इन्हों हैंडल किए कर सकते हैं जी। सो मैं एक सब तो पहला सवाल तुम्हें पूछना चाहवागा कि अपनी खासकर इंडियन कम्यूनिटी गल करिए तो नॉर्मली आप पेरेंट्स के नाल ही रहने सो साढ़े मदर डे कोई एक दिन नहीं है मदर डे इज एवरी डे राइट एब्सोल्युटली खास करके वैसटर्न कल्चर के क्योंकि उन्होंने जी पेरेंट्स ने अलग रेंगे बच्चे अलग रेंगे ने उन्होंने एक कुछ दिन जोड़े है उन्होंने ज़्यादा वधिया सैलीब्रेट कर लेंगे पर चलो सानू भी बहाना मिल जाता असं भी अपने अपन मदरस के प्रति जो सा भावनावान ने खुल के उन्होंने बयान कर सकते हैं। तो अगर तुम याद हो अगर तुम एक मूवी देखी है असीस देखी तुसी जी बहुत सोहनी मूवी है राणा रणवीर असं कोई मूवी का प्रचार नहीं कर रहे पर मैं एक डायलॉग बहुत सोहना लगता कहिंदा बीबी तैनूं प्रणाम दुनिया की हर एक माँ नूं प्रणाम कि तू गल्लां करदी करदी रोटियां भी पकालदी है वह भी गोड़ जी। ते ये एक माँ की एक खासियत आ जिहड़ी दसदी आ भी भाई माँ जिहड़ी आ साइड बाय साइड किन्नियां रिसपोंसिबिलिटीज जिहड़ियां ने उह इकट्ठियां ही निभाई जांदी आ जी जी। ते मैं जानना चाहांगा कि अज दे समें दे विच क्योंकि जदों तुसीं बच्चे सी तुहाडियां मावां दा रोल सीगा ते हुण एज ए मदर तुसीं अपने बच्चे नाल किवें ट्रीट करदे बहुत फर्क आ चुका सो की चेंजेस तुसीं फील करदे जी। जी मदर दा रोल एक्चुअली बहुत चेंज हो गया बहुत इवॉल्व हो गया ये कहना चाहूँगी मैं क्योंकि जो अज तो बहुत पिछे चले जाइए तो उदो अपने कल्चर दे विच इंडियन कल्चर विच जो मदर सी घर रहिंदी सीगियां फादर्स बाहर जाके काम करते सीगे ते जड़िया मदर सीगियां वो बहुत बिजी सीगियां घरे काम बहुत ज्यादा सीगे उन्होंने टाइम उन्ना मिलता नहीं सी बच्चों नाल स्पेंड करन दा ते फिर उस तो बाद उन्होंने यही होंदा सीगा कि इन्हों खाना प्रॉपरली मिले इन्हों दी उन्होंने एक बड़ी वड्डी जॉब सीगी फिर हौली हौली की होया कि चेंज होया कल्चर ये वाला तो जड़िया लेडीज सीगियां बाहर जाके काम करन लग पई मदरस हुण मेरे मदर भी काम करदे सी तो मैनू याद है कि जो असी बाहर जाते तो उन्होंने एक ये उन्होंने स्ट्रैस हों कि असी सेफ हाँ असी सेफ है हाँ कि नहीं सो फिजिकल सेफ्टी उदो एक कंसर्न सी पर जे आप अज का टाइम देखिए तो अज के जरा डिजिटल एरा है थोड़ा एक बच्चा जरा घर बैठा आ एक थोड़े लिविंग रूम च बैठा भी अपने आप ने कॉन्सेफ सिचुएशन च पा सकता है बिकॉज सोशल मीडिया इन्ना ज़्यादा हावी है अजकल अपनी नवी जनरेशन ते सो मदर दा रोल जेड़ा एक बहुत चेंज हो गया सानू ना कि अपने आप नू एजुकेट करन दी लोड़ है बल्कि सानू मोर विजिलेंट रहन दी लोड़ है ते नाल ही उन्हां दी डिजिटल लाइफ आई शुड से कि उहदे विच भी इनवॉल्व रहन दी लोड़ है। बिल्कुल ते सतिंदर सता दियां कुछ होर पंक्तियां मैं तुहाडे नाल साझियां करांगा जी लिखदे बहुत सोहणा ने गाउंदे भी बहुत सोहणा ने कहिंदे भी दूरों बैठ दुआवां करदी अम्मी दुख साडे लेखां दे जरदी अम्मी वेड़े विच बैठी दा जी या डोले सानू कुछ ना हो जाए डरदी अम्मी दुनिया ते सुख सबर शांति तां ऐ क्योंकि सभना कोल अमुली मां ऐ ताप चढ़े तां सिर पट्टियां करदी अम्मी सानू ना कुछ हो जाए डरदी अम्मी इहदे विच इक फिकरा आउंदा वा कि सुख सबर शांति हरेक बंदे कोल इस करके क्योंकि हरेक घर दे विच मां वा ये सिग्नीफाई करता भी माँ का रोल जिहड़ा वा किन्ना इंपॉर्टेंट है एक फैमिली के विच और जे पुछना होवे देखना होवे भी किन्ना इंपॉर्टेंट आ ते ओ परिवार दा विच देख सकते हैं भी जिथे माँ है नहीं फिर सानू पता लग जाऊ परिवार किहड़ियां समस्यावां दे विचों लंघदा। ते मैं जानना चाहांगा कि रीसेंटली एक अपने शहर दे विच इंसीडेंट होया सीगा हैपन होया सी बहुत दुखदाई सी चिंताजनक आ साडी सारी कम्यूनिटी इस वेले जिहड़ी आ उस नूं लैके चिंतित आ और चिंतन कर रही आ डरी हुई आ सेफ्टी सिक्योरिटी एक बहुत वड्डा इशू बनिया पिया वा तुहानू पता मैकनैली स्कूल दे बाहर ग्राउंड दे विच उत्थे एक नौजवान बच्चा जिसनू कुछ उहदे साथी या होर नौजवान बच्चे सीगे वह बेरहमी दे नाल कतल कर दिंदे ने। सो इहो जिहियां समस्यावां दे कारण तुसीं की मानदे जे और दूजे नंबर ते भी पेरेंटिंग दे विच कोई कमियां पेशियां ने जां किवें इहनू आपां सोल्व कर सकदे। बच्चे अजकल बाहर अपना जिहड़ा अपने ग्रुप्स बना रहे बनाते हैं है ना जदों चलो एक वो एक इदा की एज के आ जाते हैं बच्चे भी
ਉਹ ਆਪਣੇ ਫਰੈਂਡਸ ਨਾਲ ਹੈਂਗ ਆਊਟ ਕਰਨਾ ਪਸੰਦ ਕਰਦੇ ਆ ਜੀ। ਉਹ ਹੁਣ ਜਦੋਂ ਬੱਚੇ ਆਪਣੇ ਟਾਈਮ ਜ਼ੋਨ ਦੇ ਵਿੱਚ ਆ, ਆਪਣੇ ਟਾਈਮ ਦੇ ਵਿੱਚ ਆ, ਪੇਰੈਂਟਸ ਨੂੰ ਨਹੀਂ ਪਤਾ ਵੀ ਉਹ ਬੱਚਿਆਂ ਦੇ ਫਰੈਂਡਸ ਕੌਣ ਆ, ਉਹ ਕਿੱਦਾਂ ਕੀ ਕਮਿਊਨੀਕੇਸ਼ਨ ਇੱਕ ਦੂਜੇ ਨਾਲ ਕਰ ਰਹੇ ਆ, ਔਰ ਵਟਐਵਰ ਵਟਸ ਗੋਇੰਗ ਔਨ, ਹੈਨਾ। ਅਤੇ ਉਹਦੇ ਔਨ ਅਦਰ ਹੈਂਡ, ਚਲੋ ਉਹ ਹੁਣ ਬੱਚਾ ਸਕੂਲ ਦੇ ਵਿੱਚ ਸੀਗਾ, ਮੈਂ ਸਕੂਲ ਤੋਂ ਘਰੇ ਜਾਣਾ ਸੀ, ਸਕੂਲ ਤੋਂ ਉਹਨੇ ਘਰੇ ਜਾਣਾ ਸੀਗਾ। ਉਹ ਬੱਚਾ ਆਪਣੇ ਪੇਰੈਂਟਸ ਦੀ ਪ੍ਰੈਮਿਸਿਸ ਦੇ ਅੰਡਰ ਨਹੀਂ ਸੀਗਾ, ਜਾਂ ਜਿਹੜੇ ਬੱਚੇ ਆਏ ਉਹਨੂੰ ਅਟੈਕ ਕੀਤਾ ਉਹ ਵੀ ਆਪਣੇ ਪੇਰੈਂਟਸ ਦੇ ਉਹਦੇ ਵਿੱਚ ਉਹਨਾਂ ਦੇ ਅੰਡਰ ਨਹੀਂ ਸੀਗੇ। ਪੇਰੈਂਟਸ ਤਾਂ ਬੱਚਿਆਂ ਨੂੰ ਸਕੂਲ ਛੱਡਿਆਂ ਦੇ ਇਹ ਸੋਚ ਕੇ ਵੀ ਸਾਡੇ ਬੱਚੇ ਸਕੂਲ ਪੜ੍ਹਨ ਜਾ ਰਹੇ, ਸਕੂਲ ਨੂੰ ਸਭ ਤੋਂ ਵੱਧ ਸੇਫ ਮੰਨਦੇ ਆ ਆਪਾਂ, ਇੱਕ ਸੇਫ ਮਾਹੌਲ ਦੇ ਵਿੱਚ ਜਾ ਰਹੇ ਆ। ਐਂਡ ਹਰ ਪੇਰੈਂਟਸ, ਕਿਹੜਾ ਪੇਰੈਂਟਸ ਆ ਜਿਹੜਾ ਨਹੀਂ ਆਪਣੇ ਬੱਚੇ ਨੂੰ ਉਡੀਕਦਾ 3:30 ਵਜੇ ਜਾਂ 4 ਵਜੇ ਜਦੋਂ ਛੁੱਟੀ ਹੁੰਦੀ ਆ, ਹਨਾ, ਵੀ ਉਹ ਇਸ ਕੋਈ ਇੱਦਾਂ ਸੋਚਦਾ ਵੀ ਨਹੀਂ ਵੀ ਮੇਰਾ ਬੱਚਾ ਜਿਹੜਾ ਉਹ ਘਰ ਨਹੀਂ ਪਹੁੰਚੂਗਾ। ਸਹੀ ਗੱਲ, ਸਕੂਲ ਦੀ ਜਿਹੜੀ ਸੇਫਟੀ ਆ, ਆਪਣੇ ਪੇਰੈਂਟਸ ਦੀ ਜਿਹੜੀ ਆਪਣੀ ਬੱਚਿਆਂ ਦੇ ਨਾਲ ਇੱਕ ਜਿਹੜੀ ਅਟੈਚਮੈਂਟ ਜਾਂ ਬੌਂਡ ਕ੍ਰੀਏਟ ਕਰਨ ਦੀ ਆਪਾਂ ਗੱਲ ਕਰਦੇ ਸੀ, ਉਹਦੇ ਨਾਲ ਨਾਲ ਇੱਕ ਸਕੂਲ ਦੀ ਸੇਫਟੀ ਵੀ ਅੱਜ ਕੱਲ੍ਹ ਇੱਕ ਇਸ਼ੂ ਬਣਦਾ ਜਾ ਰਿਹਾ, ਸਪੈਸ਼ਲੀ ਆਪਣੇ ਜਿੱਦਾਂ ਪਬਲਿਕ ਸਕੂਲਸ ਦੇ ਵਿੱਚ, ਕਿਉਂਕਿ ਉਹ ਪੇਰੈਂਟਸ, ਉਹ ਜਿਹੜੇ ਬੱਚੇ ਆਏ ਉਹ ਵੀ ਸਕੂਲਸ ਤੋਂ ਹੀ ਆਏ, ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਵੀ ਉਹਨਾਂ ਨੂੰ ਸਕੂਲ ਹੀ ਛੱਡਿਆ ਸੀ, ਉਹ ਜਿਹੜਾ ਬੱਚਾ ਸੀ ਉਹ ਵੀ ਸਕੂਲ ਹੀ ਖੜਿਆ ਸੀਗਾ, ਹਨਾ। ਸੋ ਉਹਦੇ ਵਿੱਚ ਵੀ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਵਰਕ ਕਰਨ ਦੀ ਲੋੜ ਆ ਸਕੂਲ ਦੀ ਸੇਫਟੀ ਨੂੰ ਲੈ ਕੇ। ਸਕੂਲ ਦੇ ਪਹਿਲਾਂ ਤਾਂ ਸਕੂਲ ਕੰਪਾਊਂਡ ਜਿਹੜੀ ਉਹ ਫੈਂਸਡ ਹੋਣੀ ਚਾਹੀਦੀ ਆ, ਹਨਾ। ਦੂਜਾ ਵੀ ਟਰੈਕ ਹੋਣਾ ਚਾਹੀਦਾ ਵੀ ਬੱਚਾ ਕਿਹੜਾ ਵਾ ਸਕੂਲ ਪ੍ਰੈਮਿਸਿਸ ਤੋਂ ਬਾਹਰ ਜਾ ਰਿਹਾ, ਕਿੰਨੇ ਵਜੇ ਜਾ ਰਿਹਾ। ਜੇ ਜਿਹੜੇ ਦੂਜੇ ਸਕੂਲਾਂ ਤੋਂ ਬੱਚੇ ਆਏ ਵੀ ਆ, ਉਹ ਸਕੂਲ ਦੇ ਉਹਲੇ ਸਕੂਲਾਂ ਦੇ ਵਿੱਚ ਟਰੈਕ ਹੈ ਨਹੀਂ ਸੀਗਾ ਵੀ ਸਾਡੇ ਬੱਚੇ ਸਕੂਲਾਂ ਤੋਂ ਬਾਹਰ ਨਿਕਲੇ ਹੋਏ ਆ, ਇਕੱਠੇ ਹੋਏ ਹੋਏ ਆ। ਹੁਣ ਪੇਰੈਂਟਸ ਤਾਂ ਆਪਣੇ ਵੱਲੋਂ ਸਕੂਲ ਛੱਡਿਆ ਜੀ, ਜੇ ਉਹ ਟਰੈਕ ਹੁੰਦਾ ਤੇ ਉਹਨਾਂ ਉਹ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚ ਹੈ ਨਹੀਂ ਗਾ, ਉਹ ਪੇਰੈਂਟਸ ਨੂੰ ਕਾਲ ਕੀਤੀ ਜਾਵੇ ਜੀ। ਪੇਰੈਂਟਸ ਉਹ ਤੋਂ ਬਾਅਦ ਪੇਰੈਂਟਸ ਰਿਸਪੋਂਸੀਬਲ ਹੁੰਦੇ ਵੀ ਹਾਂ ਵੀ ਸਾਨੂੰ ਕਾਲ ਆ ਗਈ ਆ, ਵੀ ਨੀਡ ਟੂ ਫਿਗਰ ਆਊਟ ਵੀ ਸਾਡਾ ਬੱਚਾ ਕਿੱਥੇ ਆ, ਆਪਣੇ ਬੱਚੇ ਨੂੰ ਕਾਲ ਕਰਨ। ਬਟ ਜਦ ਪੇਰੈਂਟਸ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਬੱਚਾ ਸਕੂਲ ਗਿਆ ਸੀ, 3:30-4 ਵਜੇ ਘਰ ਆ ਜਾਣਾ, ਇਨ ਬਿਟਵੀਨ ਉਹ ਕਿੱਥੇ ਆ ਜੀ, ਇਹ ਇੱਕ ਸਭ ਤੋਂ ਵੱਡਾ ਇਸ਼ੂ ਆ। ਸਕੂਲਾਂ ਦੇ ਵਿੱਚ ਪਹਿਲੇ ਤਾਂ CCTV ਕੈਮਰੇ ਪ੍ਰੋਪਰ ਫੰਕਸ਼ਨਲ ਹੋਣੇ ਚਾਹੀਦੇ ਆ, ਇਨਡੋਰ ਐਂਡ ਆਊਟਡੋਰ ਐਜ਼ ਵੈਲ, ਸਾਰੇ ਅਰਾਊਂਡ। ਪਲੱਸ ਮੈਨੂੰ ਲੱਗਦਾ ਕਿ ਜਿਹੜਾ ਸਕੂਲ ਦੇ ਬਾਹਰ ਬੱਸ ਸਟਾਪਸ ਆ, ਹਨਾ, ਸਪੈਸ਼ਲੀ ਸਕੂਲਸ ਦੇ ਬਾਹਰ ਜਾਂ ਸਪੈਸ਼ਲੀ ਜਿਹੜੇ ਰੈਕ ਰੂਮਸ ਦੇ ਬਾਹਰ, ਉੱਥੇ ਵੀ CCTV ਕੈਮਰਾਜ਼ ਜਿਹੜੇ ਜ਼ਰੂਰ ਹੋਣੇ ਚਾਹੀਦੇ ਆ। ਬਿਲਕੁਲ, ਕਿਉਂਕਿ ਜੇ ਸਕੂਲ ਨਹੀਂ ਕਰ ਸਕਦਾ, ਸਿਟੀ ਕੁਛ ਨਾ ਕੁਛ ਕਰ ਸਕਦੀ ਆ, ਸਿਟੀ ਕੁਛ ਨਾ ਕੁਛ ਕਰ ਸਕਦੀ ਆ, ਹਾਂਜੀ, ਪੁਲਿਸ ਕਰ ਸਕਦੀ ਆ, ਪੈਟਰੋਲਿੰਗ ਹੋ ਸਕਦੀ ਆ, ਕਿਉਂਕਿ ਹੋਰ ਚਲੋ ਇੱਕ ਤਾਂ ਸਿਕਿਉਰਿਟੀ, ਜਿੱਦਾਂ ਆਪਣੇ ਇੰਡੀਆ ਸਕੂਲਸ ਹੁੰਦੇ, ਸਿਕਿਉਰਿਟੀ ਗਾਰਡ ਹੁੰਦਾ ਸੀ ਮੇਨ ਗੇਟ ਤੇ, ਹਨਾ। ਇੱਕ ਤਾਂ ਸਿਕਿਉਰਿਟੀ, ਜਿਹੜੇ ਸਿਕਿਉਰਿਟੀ ਬਹੁਤ ਜ਼ਰੂਰੀ ਆ, ਕਿਉਂਕਿ ਉਸ ਟਾਈਮ ਜੇ ਇੱਕ ਸਿਕਿਉਰਿਟੀ ਗਾਰਡ ਹੀ ਖੜਾ ਹੁੰਦਾ, ਚਲੋ ਉਹ ਨਹੀਂ ਨਾ ਵੀ ਉਹਨਾਂ ਦੇ ਉਹਦੇ ਵਿੱਚ ਇਨਵੋਲਵ ਹੁੰਦਾ, ਨਾ ਵੀ ਕੁਛ ਕਰ ਸਕਦਾ, 911 ਤਾਂ ਕਰਦਾ, ਬਿਲਕੁਲ ਬਿਲਕੁਲ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜਾਂ 911 ਤਾਂ ਕਰਦਾ, ਹਨਾ, ਜਾਂ ਉਹਨਾਂ ਨੂੰ ਉਹਦਾ ਡਰ ਤਾਂ ਹੁੰਦਾ ਵੀ ਹਾਂ ਇਹਨੇ ਕਾਲ ਕਰ ਦੇਣੀ ਆ ਜੀ। ਪ੍ਰੋਬਲਮ ਇਹ ਆ ਕਿ ਉਹ ਬੱਚਿਆਂ ਨੂੰ, ਪਹਿਲੀ ਗੱਲ ਤਾਂ ਇਹ ਆ ਕਿ ਡਰ ਨਹੀਂ ਸੀ, ਸਭ ਤੋਂ ਵੱਡੀ ਗੱਲ ਇਹ ਦੇਖੋ ਜੀ, ਕਾਨੂੰਨ ਦੀ ਸਮਝ ਆ ਵੀ ਭਾਈ ਅਸੀਂ ਹੈਗੇ 16-17 ਸਾਲਾਂ ਦੀ ਉਮਰ ਦੇ ਵਿੱਚ, ਸਾਡੇ ਨਾਲ ਜਿਹੜਾ ਕਾਨੂੰਨ ਦਾ ਟ੍ਰੀਟਮੈਂਟ ਹੋਣਾ ਉਹ ਅਡਲਟ ਵਾਲਾ ਨਹੀਂ ਹੋਣਾ, ਸਾਨੂੰ ਬੇਲਜ਼ ਵੀ ਛੇਤੀ ਹੋ ਜਾਣੀਆਂ, ਸਜ਼ਾਵਾਂ ਵੀ ਨਹੀਂ ਇੰਨੀਆਂ ਹੋਣਗੀਆਂ, ਬੱਚਿਆਂ ਨੂੰ ਉਹਨਾਂ ਦੀਆਂ ਲਿਮਿਟਸ ਦੱਸਣੀਆਂ ਚਾਹੀਦੀਆਂ। ਬੱਚਿਆਂ ਦੇ ਵਿੱਚ ਚਲੋ ਉਹ ਏਜ ਦੇ ਵਿੱਚ ਲੜਾਈਆਂ ਹੁੰਦੀਆਂ ਵਾ, ਇੱਕ ਦੂਜੇ ਨੂੰ ਹਰਟ ਵੀ ਕਰ ਦਿੰਦੇ, ਬਟ ਦੇਰ ਸ਼ੁਡ ਬੀ ਅ ਲਿਮਿਟ, ਜਾਂ ਕਿਸੇ ਨੂੰ ਮੁੱਕੀ ਹੋ ਗਈ ਮਤਲਬ ਵੱਧ ਜਾਈ, ਹਾਂਜੀ, ਕਿਸੇ ਨੂੰ ਚੰਗਾ ਬੜਾ ਬੋਲ ਦਿੱਤਾ, ਕਿਸੇ ਹੱਦ ਤੱਕ ਤੁਸੀਂ ਹਰਟ ਕਰ ਸਕਦੇ ਹਾਂ, ਹਨਾ, ਦੇਰ ਇਸ ਟੂ ਮੱਚ, ਰਾਈਟ, ਆਫ ਕੋਰਸ ਇਟਸ ਟੂ ਮੱਚ, ਹਨਾ। ਦੇਖੋ ਉਹ ਇੱਕ ਮਤਲਬ ਉਹ ਤਾਂ ਪਰਿਵਾਰ ਕਰੇ ਵੇਟ ਕਰ ਰਿਹਾ ਵਾ, ਕਿਸੇ ਮਾਂ ਦਾ ਪੋਤਾ, ਐਂਡ ਉਹ ਤਾਂ ਪਰਿਵਾਰ ਹੀ ਉਜੜ ਗਿਆ ਸਾਰਾ। ਵੈਸੇ ਆਪਾਂ ਦੂਜੇ ਤਰੀਕੇ ਨਾਲ ਦੇਖੀਏ ਤੇ ਕੱਲੀ ਇੱਕ ਫੈਮਿਲੀ ਨਹੀਂ, ਇਹਦੇ ਨਾਲ ਸਾਰੀ ਫੈਮਿਲੀਆਂ ਸਫਰ, ਦੂਜੀਆਂ ਫੈਮਿਲੀਆਂ ਵੀ ਇਸ ਵੇਲੇ ਪਰੇਸ਼ਾਨ ਨੇ, ਕਿਉਂਕਿ ਜਿਹਨਾਂ ਦੇ ਬੱਚਿਆਂ ਦੇ ਉੱਪਰ ਕ੍ਰਿਮੀਨਲ ਦਾ ਇੱਕ ਸਟੈਗ ਲੱਗ ਜੇ ਸਾਰੀ ਉਮਰ ਦੇ ਲਈ, ਦੈਟਸ ਨਾਟ ਈਜ਼ੀ ਟੂ ਐਕਸੈਪਟ, ਰਾਈਟ, ਬਿਲਕੁਲ। ਤੁਸੀਂ ਟੀਚਰ ਰਹੇ ਜੇ, ਇੱਕ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ, ਮੈਨੂੰ ਵੀ ਤਕਰੀਬਨ 10-11 ਸਾਲ ਪੜ੍ਹਾਉਣ ਦਾ ਮੌਕਾ ਮਿਲਿਆ ਇੰਡੀਆ ਦੇ ਵਿੱਚ ਜੀ। ਜਦੋਂ ਕੋਈ ਬੱਚਾ ਬਹੁਤ ਵਧੀਆ ਕੰਮ ਕਰਦਾ, ਚਾਹੇ ਉਹ ਐਕੇਡਮਿਕਲੀ ਕਰਦਾ ਜਾਂ ਉਹ ਕੋਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਕਰਦਾ, ਅਸੀਂ ਕਹਿੰਦੇ ਵੀ ਇਹਦੀ ਪੇਰੈਂਟਿੰਗ ਬਹੁਤ ਅੱਛੀ ਆ ਜੀ, ਬਈ ਇਹਦੇ
क्रैडिट जिहड़ा वा इहदे मापिआं नूं जांदा जी। पर जदों इदां दीआं हरकतां हुंदीआं ने समाज दे विच बच्चे जिहड़े आ ਉਹ ਵਾਇਲੈਂਟ ਐਕਟੀਵਿਟੀਜ਼ ਵੱਲ ਤੁਰ ਪੈਂਦੇ ਨੇ, ਕ੍ਰਿਮੀਨਲ ਐਕਟੀਵਿਟੀਜ਼ ਵੱਲ ਤੁਰ ਪੈਂਦੇ ਨੇ ਜੀ। ਈਵਨ ਕਈ ਵਾਰੀ ਗੈਂਗ ਵਾਰਸ ਦਾ ਮੁੱਦਾ ਵੀ ਉੱਠਦਾ ਵਾ, ਡਰੱਗਸ ਦਾ ਮੁੱਦਾ ਵੀ ਉੱਠਦਾ ਵਾ। ਬਿਲਕੁਲ। ਤੁਹਾਨੂੰ ਲੱਗਦਾ ਵੀ ਪੇਰੈਂਟਿੰਗ ਦੇ ਵਿੱਚ ਕੁਝ ਕਮੀਆਂ ਨੇ? ਫੋਰ ਐਗਜ਼ਾਮਪਲ 16-17 ਸਾਲਾਂ ਦੇ ਬੱਚਿਆਂ ਦੇ ਕੋਲ ਐਡੀਆਂ ਐਡੀਆਂ ਵੱਡੀਆਂ ਗੱਡੀਆਂ ਨੇ, ਉਹਨਾਂ ਕੋਲ ਲੋੜ ਤੋਂ ਵੱਧ ਰਿਸੋਰਸਿਸ ਨੇ, ਕਿਤੇ ਚੈੱਕ ਕਰਨ ਦੀ ਲੋੜ ਆ ਵੀ ਪੇਰੈਂਟਸ ਨੂੰ ਵੀ ਭਾਈ ਕਿਤੇ ਜਿਹੜੀਆਂ ਆਪਾਂ ਚੀਜ਼ਾਂ ਇਹਨਾਂ ਨੂੰ ਫੈਸਿਲੀਟੇਟ ਕਰ ਰਹੇ ਹਾਂ ਉਹ ਕਿਤੇ ਮਿਸਯੂਜ਼ ਨਹੀਂ ਕਰ ਰਹੇ ਇਹਨਾਂ ਨੂੰ? ਮੈਂ ਇਹਨੂੰ ਪੇਰੈਂਟਿੰਗ ਦੀਆਂ ਕਮੀਆਂ ਨਹੀਂ ਕਹਾਂਗੀ, ਮੈਂ ਇਹਨੂੰ ਇਹ ਕਹਾਂਗੀ ਕਿ ਅਸੀਂ ਇਹਦੇ ਵਿੱਚ ਐਡ ਕਰ ਸਕਦੇ ਹਾਂ, ਕਿਉਂਕਿ ਇੱਕ ਪੇਰੈਂਟ ਜਿਹੜਾ ਹੁੰਦਾ ਉਹ ਸਭ ਤੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਬੱਚਿਆਂ ਲਈ ਉਹ, ਪਰ ਕਈ ਵਾਰੀ ਤੁਹਾਡੀਆਂ ਮਜਬੂਰੀਆਂ ਹੁੰਦੀਆਂ ਕਿ ਤੁਹਾਨੂੰ ਕਈ ਲੋਕ ਡਬਲ ਸ਼ਿਫਟ ਕਰਦੇ ਆ, ਕਈ ਲੋਕਾਂ ਨੂੰ ਨਾਈਟ ਸ਼ਿਫਟ ਕਰਨੀਆਂ ਪੈਂਦੀਆਂ, ਤੋਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਨਹੀਂ ਕਰ ਪਾਉਂਦੇ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬੈਡ ਪੇਰੈਂਟਸ ਨੇ, ਉਹ ਗੁੱਡ ਪੇਰੈਂਟਸ ਨੇ। ਪਰ ਥੋੜ੍ਹੀਆਂ ਜਿਹੀਆਂ ਟਿਪਸ ਹੈਗੀਆਂ ਨੇ ਜਿਹੜੀਆਂ ਮੈਂ ਇੱਥੇ ਐਡ ਕਰਨਾ ਚਾਹੂੰਗੀ ਕਿ ਜਿਹਦੇ ਨਾਲ ਆਪਾਂ ਪੇਰੈਂਟਿੰਗ ਥੋੜ੍ਹੀ ਜਿਹੀ ਬੈਟਰ ਬਣਾ ਸਕਦੇ ਹਾਂ। ਜਿੱਥੋਂ ਤੱਕ ਗੱਡੀਆਂ ਦਾ ਸਵਾਲ ਆ ਜਾਂ ਉਹਨਾਂ ਲਈ ਬਹੁਤ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਨ ਦਾ ਸਵਾਲ ਆ, ਆਈ ਐਗਰੀ ਕਿ ਇੱਕ ਉਹਦੀ ਵੀ ਲਿਮਿਟ ਹੋਣੀ ਚਾਹੀਦੀ ਹੈ। ਬਿਲਕੁਲ। ਦੂਜੀ ਚੀਜ਼ ਇਹ ਹੈਗੀ ਹੈ ਕਿ ਪੇਰੈਂਟਸ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਕਮਿਊਨੀਕੇਸ਼ਨ ਜੀ। ਐਂਡ ਕਮਿਊਨੀਕੇਸ਼ਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਇੱਕ ਘੰਟਾ ਦਿਨ 'ਚ ਆਪਣੇ ਬੱਚੇ ਨਾਲ ਉਹਨੂੰ ਤੰਗ ਕਰੋ, ਉਹਦੇ ਨਾਲ ਗੱਲਾਂ ਕਰੋ। ਸਵੇਰੇ ਜਦੋਂ ਤੁਸੀਂ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੇ ਹੋ, 10 ਮਿੰਟ ਤੁਹਾਡੇ ਕੋਲ ਹੈਗੇ ਨੇ, ਉਹਨੂੰ ਪੁੱਛੋਗੇ ਤੇਰੇ ਸਕੂਲ 'ਚ ਕੀ ਚੱਲ ਰਿਹਾ, ਤੇਰੇ ਇਸ ਸਾਲ ਦੇ ਅਕੈਡੈਮਿਕਸ ਗੋਲਸ ਕਿਹੜੇ ਹੈਗੇ ਨੇ, ਫਿਰ ਤੇਰੇ ਫਰੈਂਡਸ ਕਿਹੜੇ ਹੈਗੇ ਨੇ। ਦੈਟ ਇਜ਼ ਮੋਰ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਕਿਉਂਕਿ ਸੰਗਤ ਦਾ ਬਹੁਤ ਫਰਕ ਪੈਂਦਾ। ਸੋ ਜਦੋਂ ਤੁਸੀਂ ਉਹਦੇ ਫਰੈਂਡਸ ਬਾਰੇ ਗੱਲ ਕਰ ਰਹੇ ਹੋ ਜਾਂ ਉਹਨਾਂ ਦੇ ਪੇਰੈਂਟਸ ਬਾਰੇ ਗੱਲ ਕਰ ਰਹੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਨਾਲ ਆਪਣੇ ਬੱਚੇ ਨੂੰ ਨੋਟ ਐਟ ਏ ਫਰੈਂਡਲੀ ਲੈਵਲ ਆਪਣੇ ਨਾਲ ਕਨਵਰਸੇਸ਼ਨ 'ਚ ਇਨਵੋਲਵ ਕਰ ਰਹੇ ਹੋ, ਨਾਲੇ ਤੁਹਾਨੂੰ ਇਹ ਵੀ ਪਤਾ ਚੱਲ ਰਿਹਾ ਹੈ ਕਿ ਤੁਹਾਡਾ ਜਿਹੜਾ ਬੱਚਾ ਆ ਉਹ ਕਿਸ ਟਾਈਪ ਦੇ ਫਰੈਂਡਸ ਉਹਦੇ ਹੈਗੇ ਨੇ। ਬਿਲਕੁਲ ਜੀ, ਕਹਿੰਦੇ ਵੀ ਜੈਸੀ ਸੰਗਤ ਵੈਸੀ ਰੰਗਤ, ਵੈਸੀ ਰੰਗਤ। ਸੋ ਇਹ ਇੱਕ ਬੜਾ ਇੰਪੋਰਟੈਂਟ ਹੈਗਾ ਆ। ਸੋ ਕਈ ਵਾਰੀ ਕੀ ਹੁੰਦਾ ਕਿ ਜਦੋਂ ਪੇਰੈਂਟਸ ਕੋਲ ਟਾਈਮ ਨਹੀਂ ਹੈਗਾ, ਸੋ ਪਲੀਜ਼ 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 ਆਪਣੀ ਜਿਹੜੀ ਇਹ ਇਹਨੂੰ ਤੁਸੀਂ ਜਿਹੜੀ ਇਹੀ ਰਿਸਪੋਂਸੀਬਿਲਿਟੀ ਆ ਉਹ ਤੁਸੀਂ ਡੈਲੀਗੇਟ ਕਰ ਸਕਦੇ ਹੋ ਗ੍ਰੈਂਡ ਪੇਰੈਂਟਸ ਨੂੰ ਜੀ। ਬਿਲਕੁਲ, ਜੇ ਉਹ ਤੁਹਾਡੇ ਕੋਲ ਹੈਗੇ ਨੇ ਉਹਨਾਂ ਨੂੰ ਕਹੋ ਕਿ ਤੁਸੀਂ ਮੇਕ ਸ਼ੋਰ ਕਰੋ ਕਿ ਦਿਨ 'ਚ ਇੱਕ ਵਾਰੀ ਜਾ ਕੇ ਬੱਚੇ ਨਾਲ ਗੱਲ ਜ਼ਰੂਰ ਕਰੋ ਜੀ। ਐਂਡ ਹਲਕੀ ਫੁਲਕੀ ਗੱਲ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਨੂੰ ਹਰ ਵਾਰੀ ਸਿੱਖਿਆਵਾਂ ਹੀ ਦੇਣੀਆਂ ਨੇ ਜੀ। ਅਤੇ ਇੱਕ ਹੋਰ ਚੀਜ਼ ਜਿਹੜੀ ਹੈਗੀ ਆ, ਇੱਕ ਇਸ ਲੈਵਲ 'ਤੇ ਅਤੇ ਆਪਣੀ ਪੇਰੈਂਟਿੰਗ ਹੋ ਗਈ। ਸੋ ਮੇਰੇ ਹਿਸਾਬ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਫੈਕਟਰਸ ਹੈਗੇ ਆ, ਆਪਣੀ ਗਵਰਨਮੈਂਟ ਆਪਣੀ ਬਹੁਤ ਮਦਦ ਕਰ ਸਕਦੀ ਹੈ, ਬਹੁਤ ਸਾਰੇ ਰੀਸੋਰਸਿਸ ਹੈਗੇ ਨੇ ਜਿਹੜੇ ਉਹ ਪ੍ਰੋਵਾਈਡ ਕਰ ਸਕਦੇ ਨੇ। ਕਾਉਂਸਲਰਸ ਆਪਣੇ ਸਕੂਲ 'ਚ ਸਕੂਲਾਂ 'ਚ ਨਹੀਂ ਹੈਗੇ, ਬਹੁਤ ਘੱਟ ਨੇ। ਸਟੂਡੈਂਟਸ ਕਈ ਵਾਰੀ ਨਹੀਂ ਗੁੱਡ ਫੀਲ ਕਰਦੇ, ਦੇ ਡੋਂਟ ਫੀਲ ਕੰਫਰਟੇਬਲ ਟਾਕਿੰਗ ਬਟ ਲੋਟ ਆਫ ਸਟਾਫ ਵਿਦ ਦੇਅਰ ਪੇਰੈਂਟਸ ਐਂਡ ਟੀਚਰਸ। ਸੋ ਤਾਂ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕਾਉਂਸਲਰ ਹੈਗਾ ਉਹ ਟ੍ਰੇਨਡ ਹੈਗਾ ਐਂਡ ਉਹਨਾਂ ਦੀ ਕੋਨਫੀਡੈਂਸ਼ੀਐਲਿਟੀ ਦਾ ਖਿਆਲ ਰੱਖੂਗਾ। ਬਿਲਕੁਲ। ਸੋ ਜ਼ਿਆਦਾ ਸੇਫ ਫੀਲ ਕਰਦੇ ਨੇ। ਸੋ ਗਵਰਨਮੈਂਟ ਦਾ ਰੋਲ ਹੈਗਾ ਕਿ ਜ਼ਿਆਦਾ ਅਪੁਆਇੰਟ ਕੀਤੇ ਜਾਣ ਕਾਉਂਸਲਰ ਸਕੂਲਸ ਵਿੱਚ। ਫਿਰ ਪੁਲਿਸ ਜਿਹੜੀ ਹੈਗੀ ਆ, ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਹੁੰਦੀਆਂ ਨੇ ਸਕੂਲਾਂ ਦੇ ਵਿੱਚ। ਬਿਲਕੁਲ। ਉਹ ਆ ਕੇ ਦੱਸਦੇ ਨੇ ਕਿ ਕਿਹੜੇ ਕਿਹੜੇ ਯੂਨੋ ਕਿਹੜੀ ਕਿਹੜੀ ਏਜ 'ਤੇ ਬੱਚੇ ਪ੍ਰੋਸੀਕਿਊਟ ਹੋ ਸਕਦੇ ਨੇ, ਅਤੇ ਛੋਟੇ ਛੋਟੇ ਕਈ ਵਾਰੀ ਲਿਟਰਿੰਗ ਹੋ ਗਈ, ਡੂਜ਼ ਐਂਡ ਡੋਂਟਸ ਉਹਨਾਂ ਨਾਲ ਸ਼ੇਅਰ ਕਰ ਸਕਦੇ ਆ। ਸੋ ਉਹ ਵੀ ਜ਼ਿਆਦਾ ਫ੍ਰੀਕੁਐਂਟ ਹੋਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਲਾਅ ਐਂਡ ਆਰਡਰ ਸਮਝਾਇਆ ਜਾਵੇ, ਕ੍ਰਿਮੀਨਲ ਜਸਟਿਸ ਸਿਸਟਮ ਕੈਨੇਡਾ ਦਾ ਸਮਝਾਇਆ ਜਾਵੇ। ਬਿਲਕੁਲ, ਇੱਕ ਉਹਨਾਂ ਦੇ ਲੈਵਲ 'ਤੇ। ਸੋ ਉਹ ਇੱਕ ਹੋ ਗਿਆ। ਸੋ ਜਿਹੜੇ ਟੀਚਰਸ ਨੇ ਉਹਨਾਂ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈਗਾ ਕਿ ਜੇ ਤੁਹਾਡਾ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਸਟੂਡੈਂਟ ਆਲ ਆਫ ਸਡਨ ਕੁਆਇਟ ਹੋ ਗਿਆ ਜਾਂ ਉਹ ਬਾਕੀ ਬੱਚਿਆਂ ਨਾਲ ਬੈਠ ਕੇ ਗੱਲ ਨਹੀਂ ਕਰ ਰਿਹਾ, ਉਹ ਇਕੱਲਾ ਰਹਿਣਾ ਪਸੰਦ ਆਲ ਆਫ ਸਡਨ ਉਹਦੇ ਬਿਹੇਵੀਅਰ 'ਚ ਕੁਝ ਚੇਂਜ ਆ, ਕਿਸੇ ਵੀ ਤਰ੍ਹਾਂ ਆਲ ਆਫ ਸਡਨ ਬਿਹੇਵੀਅਰਲ ਚੇਂਜ ਹੈਗੀ ਆ, ਤੁਹਾਨੂੰ ਉਸੇ ਵੇਲੇ ਐਡਰੈਸ ਕਰਨਾ ਚਾਹੀਦਾ ਆ, ਉਹਦੇ ਨਾਲ ਗੱਲ ਕਰੋ, ਉਹਦੇ ਪੇਰੈਂਟਸ ਨਾਲ ਗੱਲ ਕਰੋ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਤੁਹਾਡੇ ਨਾਲ ਨਹੀਂ ਓਪਨ ਅਪ ਹੋ ਰਿਹਾ, ਉਹਦੇ ਪੇਰੈਂਟਸ ਨੂੰ ਇਨਵੋਲਵ ਕਰੋ ਜਾਂ ਪ੍ਰਿੰਸੀਪਲ ਨੂੰ ਇਨਵੋਲਵ ਕਰੋ, ਸੋ ਤਾਂ ਕਿ ਉਸ ਜਿਹੜਾ ਇਸ਼ੂ ਨੂੰ ਐਡਰੈਸ ਕੀਤਾ ਜਾ ਸਕੇ। ਗੁਰੂ ਜੀ, ਤੁਸੀਂ ਆਪ ਇੱਕ ਪੇਰੈਂਟ ਜੇ, ਦੋ ਬੱਚਿਆਂ ਦੀ ਪਰਵਰਿਸ਼ ਕਰ ਰਹੇ ਜੇ, ਹਾਂਜੀ, ਕਿਤੇ ਲੱਗਦਾ ਤੁਹਾਨੂੰ ਵੀ ਅਗਰ ਜਿਹੜੇ ਬੱਚੇ ਆ ਉਹਨਾਂ ਦੇ ਫਰੈਂਡ ਸਰਕਲ ਦਾ ਤੁਹਾਨੂੰ ਪਤਾ ਹੋਵੇ, ਉਹਨਾਂ ਦੇ ਫਰੈਂਡ ਸਰਕਲ ਦੇ ਤੁਸੀਂ ਪੇਰੈਂਟਸ ਦੇ ਨਾਲ ਲਗਾਤਾਰ ਇੰਟਰੈਕਸ਼ਨ ਕਰੋ, ਉਹਨਾਂ ਨਾਲ ਤੁਸੀਂ ਗੈਟ ਟੂਗੈਦਰ ਕਰੋ, ਇੱਕ ਦੂਜੇ ਦੇ ਘਰ ਆਓ ਜਾਓ, ਇਹ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਦਾ ਆਪਸ ਦੇ ਵਿੱਚ ਅਤੇ ਪੇਰੈਂਟਸ ਦਾ ਵੀ ਕੋਈ ਹੈਲਦੀ ਰਿਲੇਸ਼ਨ ਬਣਾ ਸਕਦੇ ਆ, ਔਰ ਕਿਸੇ ਕਿਤੇ ਆਪਾਂ ਉਹਨਾਂ ਨੂੰ ਵਧੀਆ ਸਿੱਖਿਆਵਾਂ ਦੇ ਸਕਦੇ ਹਾਂ। ਬਿਲਕੁਲ, ਉਹਦੇ ਨਾਲ ਇਹ ਹੈ ਕਿ ਬੱਚੇ ਨੂੰ ਪਤਾ ਹੁੰਦਾ ਕਿ ਜਿਹੜਾ ਮੇਰਾ ਸਰਕਲ ਆ ਮੇਰੇ ਪੇਰੈਂਟਸ ਨੂੰ ਪਤਾ ਵਾ, ਜੇ ਮੈਂ ਜੇ
क्योंकि उदे फ्रेंड दे विच ते उदे विच ला लो कोई कम्यूनिकेशन इदा दी हो रही है कि जिहड़ी नहीं होनी चाहीदी जां कोई गलबात हो रही है उन्हां नूं डर होगा कि किते ना किते मेरे पेरेंट्स को गल पहुंच जानी बिल्कुल है ना। दूजी गल ये कि लाइक फ्रेंड्स तुसी उन्हां दे पेरेंट्स नाल होर नहीं गैट टूगैदर कर करन दा मौका मिलदा उन्हां को टाइम नहीं तुहाडे को एटलीस्ट गलबात करो तुसी अपने बच्चे नूं उहदे फ्रेंड दे घर जाण दे रहे हो या उन्हां उह इकट्ठा किते होर जा रहा वा ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਕਹੋ ਵੀ ਹਾਂ ਮੇਰਾ ਬੇਟਾ ਗਿਆ ਤੁਹਾਡਾ ਵੀ ਗਿਆ ਵਾ ਵੀ ਮਤਲਬ ਇੱਕ ਕੰਟੈਕਟ ਦੇ ਵਿੱਚ ਰਹੋ ਤਾਂ ਕਿ ਇੱਕ ਜ਼ਿੰਮੇਵਾਰੀ ਜੀ ਬਚ ਜਾਂਦੀ ਹੈ ਦੋਨੋਂ ਸਾਈਡਸ ਤੋਂ ਹੈ ਨਾ। ਦੂਜੀ ਗੱਲ ਇਹ ਆ ਕਿ ਆਸਕਿੰਗ ਕੁਐਸਚਨਸ ਆਪਣੇ ਬੱਚਿਆਂ ਨੂੰ ਇੱਕ ਫਰੈਂਡਲੀ ਤੌਰ 'ਤੇ ਫਰੈਂਡ ਲੈਵਲ ਦੇ ਤੌਰ 'ਤੇ ਉਹਨਾਂ ਨਾਲ ਕੁਐਸਚਨਸ ਜਿਹੜੇ ਪੁੱਛਣੇ ਆ ਉਹ ਬਹੁਤ ਜ਼ਰੂਰੀ ਬਣ ਜਾਂਦੇ। ਹਾਂ ਬੇਟਾ ਤੇਰਾ ਫਰੈਂਡ ਆ ਕੀ ਕਰਦਾ ਵਾ ਇੰਟਰਸਟ ਕਿੱਦਾਂ ਦੇ ਉਹਦੇ ਕਿੱਥੇ ਕਿੱਥੇ ਜਾਂਦਾ ਉਹਦੇ ਕੀ ਕਿਹੜੀ ਗੇਮ ਖੇਡਦਾ ਉਹ ਠੀਕ ਆ ਨੋਰਮਲ ਜਿਹੜੇ ਬੱਚਿਆਂ ਵਾਲੇ ਕੁਐਸਚਨ ਪੁੱਛੋ ਉਹਦਾ ਇਹ ਤਾਂ ਇੱਕ ਤਾਂ ਇਹ ਹੁੰਦਾ ਕਿ ਬੱਚੇ ਨੂੰ ਇਹ ਸੈਂਸ ਹੁੰਦੀ ਕਿ ਮੈਂ ਆਪਣੇ ਪੇਰੈਂਟਸ ਦਾ ਗ੍ਰੈਂਡ ਪੇਰੈਂਟਸ ਦਾ ਜਾਂ ਆਪਣੇ ਘਰ ਦੇ ਵਿੱਚ ਫੈਮਿਲੀ ਮੈਂਬਰਸ ਦਾ ਜਵਾਬਦਾਰੀ ਬਿਲਕੁਲ। ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਈ ਵਾਰੀ ਆਪਣੇ ਜਿਹੜੇ ਕਈ ਪੇਰੈਂਟਸ ਇੰਨੇ ਕੁ ਮਸ਼ਰੂਫ ਆ ਉਹ ਆਪਣੇ ਬੱਚਿਆਂ ਨੂੰ ਪੁੱਛਦੇ ਨਹੀਂ ਜਾਂ ਕੋਈ ਗੱਲਬਾਤ ਨਹੀਂ ਕਰ ਪਾਉਂਦੇ ਚਲੋ ਕੰਮ ਦੇ ਕਰਕੇ ਬੱਚਿਆਂ ਨੂੰ ਇੱਦਾਂ ਲੱਗਦਾ ਸਭ ਤੋਂ ਵੱਡਾ ਜਿਹੜਾ ਇਸ਼ੂ ਕਿ ਮੈਂ ਕਿਸੇ ਦਾ ਜਵਾਬਦਾਰੀ ਨਹੀਂ ਹੈਗਾ That's a big issue. ਹੈ ਨਾ ਕਿ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਮੈਂ ਰਿਸਪੋਂਸੀਬਲ ਨਹੀਂ ਗਾ ਕਿਸੇ ਨੂੰ ਗੱਲ ਦੱਸਣ ਦਾ ਉਹਦਾ ਨਤੀਜਾ ਵੀ ਫਿਰ ਐਂਡ ਦੇ ਵਿੱਚ ਇਹੀ ਨਿਕਲਦਾ ਵੀ ਐਂਡ ਜਦੋਂ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਹੈ ਆਪਾਂ ਬੱਚੇ ਨੂੰ ਪੁੱਛਦੇ ਤੂੰ ਮੈਨੂੰ ਦੱਸਿਆ ਨਹੀਂ ਜਾਂ ਕਿੱਦਾਂ ਉਹ ਕਹਿੰਦਾ ਆਈ ਐਮ ਨੋਟ ਆਨਸਰੇਬਲ ਬਿਲਕੁਲ ਹੈ ਨਾ ਬਿਲਕੁਲ ਜੀ ਜ਼ਿੰਮੇਵਾਰੀ ਜੇ ਆਪਾਂ ਹਾਂਜੀ ਉਹਦਾ ਨਾ ਇੱਕ ਬਿਹੇਵੀਅਰ ਬਣ ਜਾਂਦਾ ਬੱਚੇ ਬਿਲਕੁਲ ਕਿ ਜਿਵੇਂ ਆਪਾਂ ਕਹਿੰਦੇ ਵੀ ਭਾਈ ਫੈਡਰਲ ਗਵਰਨਮੈਂਟ ਦੀਆਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਮਿਊਨਿਸਪਲ ਗਵਰਨਮੈਂਟ ਦੀਆਂ ਕੁਝ ਅਕਾਊਂਟੇਬਿਲਟੀਜ਼ ਨੇ ਰਿਸਪੋਂਸਿਬਿਲਟੀਜ਼ ਨੇ ਇਸੇ ਤਰ੍ਹਾਂ ਆਪਾਂ ਸਕੂਲ ਦੀ ਕਹਿ ਦਿੰਦੇ ਹਾਂ ਹਾਂਜੀ ਫਿਰ ਪੇਰੈਂਟਸ ਦੀ ਕਹਿ ਦਿੰਦੇ ਹਾਂ ਤੇ ਬੱਚਿਆਂ ਦੀਆਂ ਵੀ ਕੁਝ ਰਿਸਪੋਂਸਿਬਿਲਟੀਜ਼ ਆ ਅਗਰ ਉਹ ਰਿਸਪੋਂਸਿਬਿਲਟੀਜ਼ ਨੂੰ ਰੀਅਲਾਈਜ਼ ਕਰਨਗੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਸਮਾਂ ਬ੍ਰੇਕ ਦਾ ਹੋ ਗਿਆ ਜੀ ਬ੍ਰੇਕ ਲੈ ਲੈਂਦੇ ਹਾਂ ਤੇ ਤੁਸੀਂ ਕਿੱਧਰ ਜਾਣਾ ਜੀ ਪ੍ਰੋਗਰਾਮ ਦੇਖਦੇ ਰਹਿਣਾ ਐਡਮਿੰਟਨ ਡੈਰੀ ਜਲਦ ਹਾਜ਼ਰ ਹੋਣੇ ਆ ਜੀ। ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ ਸਭ ਦਾ ਫਿਕਰ ਕਰਦੀ ਹੈ ਅਤੇ ਆਪਣਾ ਰੱਖਦੀ ਕਿਉਂ ਨਹੀਂ ਮੈਂ ਤੈਨੂੰ ਕਦੇ ਸੁੱਤਿਆਂ ਨਹੀਂ ਦੇਖਿਆ ਕਾਹਦੀ ਬਣੀ ਤੇਰੀ ਅੱਖ ਲੱਗਦੀ ਕਿਉਂ ਨਹੀਂ ਡਰ ਰਾਮ ਦਾ ਨਹੀਂ ਛੱਡਦੀ ਨਾ ਅੱਲਾ ਦਾ ਮੰਗਦੀ ਕੀ ਹੈ ਦੱਸਦੀ ਕਿਉਂ ਨਹੀਂ ਤੂੰ ਠੀਕ ਹੈ ਤੈਨੂੰ ਕੋਈ ਫਿਕਰ ਨਹੀਂ ਇਹ ਗੱਲ ਤੇਰੇ ਮੂੰਹ ਜੱਚਦੀ ਕਿਉਂ ਨਹੀਂ ਮੇਰੀਆਂ ਰੀਝਾਂ ਬਿਨਾਂ ਦੱਸਿਆਂ ਕਿੱਦਾਂ ਬੁੱਝ ਲੈਂਦੀ ਹੈ ਇਹ ਕਿਹੜਾ ਇਲਮ ਹੈ ਪਰਦਾ ਚੱਕਰੀ ਕਿਉਂ ਨਹੀਂ ਤੂੰ ਮੇਰੇ ਵੱਲ ਵੀ ਹੈ ਤੂੰ ਉਹਦੇ ਵੱਲ ਵੀ ਹੈ ਤੂੰ ਸਭ ਦੇ ਵੱਲ ਹੀ ਹੈ ਇੱਕ ਪੱਖ ਦੀ ਕਿਉਂ ਨਹੀਂ ਭਾਵੇਂ ਹੱਥ ਨੇ ਕੰਬਦੇ ਨਾਲੇ ਮੂੰਹ 'ਤੇ ਝੁਰੜੀਆਂ ਨੇ ਦੋਸਤੋ ਮਾਂ ਤੋਂ ਵੱਧ ਕੋਈ ਸੋਹਣੀ ਲੱਗਦੀ ਕਿਉਂ ਨਹੀਂ ਦੋਸਤੋ ਮਾਂ ਤੋਂ ਵੱਧ ਕੋਈ ਸੋਹਣੀ ਲੱਗਦੀ ਕਿਉਂ ਨਹੀਂ ਪ੍ਰੋਗਰਾਮ ਐਡਮਿੰਟਨ ਡੈਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਜੀ ਔਰ ਅਸੀਂ ਗੱਲ ਕਰ ਰਹੇ ਹਾਂ ਜੀ ਮਦਰ ਟੈਰੇਸਾ ਉੱਪਰ ਮਾਂ ਦੇ ਰੋਲ ਦੇ ਉੱਪਰ ਮਾਂ ਦੇ ਕਿਰਦਾਰ ਦੇ ਉੱਪਰ ਮਾਂ ਦੇ ਭੂਮਿਕਾ ਦੀ ਮਹੱਤਤਾ ਦੇ ਉੱਪਰ ਪ੍ਰੋਗਰਾਮ ਦੇ ਪਿਛਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕੀਤੀ ਵੀ ਮੌਜੂਦਾ ਸਮੇਂ ਦੇ ਵਿੱਚ ਪੇਰੈਂਟਿੰਗ ਨੂੰ ਲੈ ਕੇ ਬੱਚਿਆਂ ਨਾਲ ਜਿਹੜੀ ਉਹਨਾਂ ਦੀ ਰਿਲੇਸ਼ਨਸ਼ਿਪ ਆ ਬੌਂਡਿੰਗ ਆ ਉਹਨੂੰ ਲੈ ਕੇ ਕਈ ਸਮੱਸਿਆਵਾਂ ਆ ਰਹੀਆਂ ਨੇ। ਇੱਕ ਸਮੱਸਿਆ ਬੜੀ ਮਾਡਰਨ ਆ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਪਾਵਰਫੁੱਲ ਹੋ ਚੁੱਕਿਆ ਸਟਰੋਂਗ ਹੋ ਚੁੱਕਿਆ ਔਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਸ ਤੋਂ ਅਨਫੈਕਟਡ ਆ ਔਰ ਡਿਵਾਈਸਿਸ ਮੈਨੂੰ ਲੱਗਦਾ ਵੀ ਹਰੇਕ ਘਰ ਦੇ ਵਿੱਚ ਇੰਨੀਆਂ ਕੁ ਹੋ ਚੁੱਕੀਆਂ ਜੇ ਬੱਚਿਆਂ ਨੂੰ ਤੁਸੀਂ ਫੋਨ ਲੈ ਲਓ ਤਾਂ ਟੈਬਲੇਟ ਪੜ੍ਹ ਲੈਂਦੇ ਨੇ ਜੇ ਟੈਬਲੇਟ ਲੈ ਲਓ ਤਾਂ ਕਰੋਮਬੁੱਕ ਚੱਕ ਲੈਂਦੇ ਆ ਨਹੀਂ ਫਿਰ ਲੈਪਟੋਪ ਨਹੀਂ ਫਿਰ ਟੀ ਵੀ ਤਾਂ ਹੈਗਾ ਹੀ ਆ। ਸੋ ਇੰਨੀਆਂ ਡਿਵਾਈਸਿਸ ਨੇ ਔਰ ਸੋਸ਼ਲ ਮੀਡੀਆ 'ਤੇ ਇੰਨਾ ਕੁ ਮਟੀਰੀਅਲ ਆ ਜਿਹਨਾਂ ਵਿੱਚੋਂ ਬਹੁਤ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਸਾਡੇ ਬੱਚਿਆਂ ਦੇ ਹੱਥ ਨਹੀਂ ਲੱਗਣੀਆਂ ਚਾਹੀਦੀਆਂ। ਕੀ ਕਰ ਸਕਦੇ ਹਾਂ ਬੀਂਗ ਪੇਰੈਂਟਸ ਵੀ ਇਹਨਾਂ ਚੀਜ਼ਾਂ ਦਾ ਪੋਜ਼ਿਟਿਵ ਅਸਰ ਤਾਂ ਹੋਵੇ ਬੱਚਿਆਂ 'ਤੇ ਨੈਗੇਟਿਵ ਨਾ ਹੋਵੇ। ਇਹ ਤਾਂ ਆਈ ਬਿਲੀਵ ਆਪਾਂ ਸ਼ੁਰੂ ਤੋਂ ਹੀ ਹੁਣ ਜਿੱਦਾਂ ਮੈਂ ਦੱਸਿਆ ਵੀ ਆਪਣੇ ਇੱਥੇ ਪੇਰੈਂਟਸ ਜਿਹੜੇ ਆ ਜੋਬਾਂ ਕਰਦੇ ਆ ਕੰਮ ਕਰਦੇ ਆ ਕਈ ਦੋ ਦੋ ਜੋਬਾਂ ਕਰਦੇ ਆ ਆਪਣੇ ਮੈਂ ਅਸੀਂ ਜਿਹੜੀ ਪੇਰੈਂਟਿੰਗ ਦੇ ਅੰਡਰ ਰਹੀ ਇੰਡੀਆ ਦੇ ਵਿੱਚ ਉਦੋਂ ਇੰਨਾ ਲੈਪਟੋਪ ਟੀ ਵੀ ਇੰਨਾ ਮਤਲਬ ਨਹੀਂ ਸੀਗਾ ਹੈ ਨਾ। ਚਲੋ ਟੀ ਵੀ ਹੁੰਦਾ ਸੀਗਾ ਉਹ ਵੀ ਮਤਲਬ ਸੰਡੇ ਨੂੰ ਬਹਿ ਕੇ ਸਾਰਿਆਂ ਨੇ ਇਕੱਠੇ ਦੇਖਣਾ ਬਸ ਆ ਹੈ ਨਾ ਉਹ ਵੀ ਉਹ ਦੇਖਣ ਦਾ ਵੀ ਕੀ ਹੁੰਦਾ ਸੀ ਵੀ ਸਾਰੀ ਫੈਮਿਲੀ ਨੇ ਇਕੱਠੇ ਬਹਿਣਾ ਹੈ ਨਾ ਉਹ ਵੀ ਇੱਕ ਫੈਮਿਲੀ ਦਾ ਹੀ ਟਾਈਮ ਹੋ ਜਾਂਦਾ ਤੇ ਨਾਲੇ ਜਦੋਂ ਮਦਰ ਨੇ ਕੰਮ ਕਰਨਾ ਰੋਟੀ ਬਣਾਉਣੀ ਜਾਂ ਕੋਈ ਕੰਮ ਕਰਨਾ ਨਾਲ ਨਾਲ ਆਪਣੇ ਬੱਚਿਆਂ ਨਾਲ ਗੱਲਾਂ ਕਰੀ ਜਾਣੀ
है ना ਬੱਚੇ ਵੀ ਪੂਰਾ ਕੰਟਰੀਬਿਊਟ ਕਰਦੇ ਸੀ ਮੈਨੂੰ ਯਾਦ ਹੈ ਜਦੋਂ ਲੋਹ ਤੱਪੀ ਹੋਣੀ ਕਿਸੇ ਨੇ ਵਿੱਚ ਇੱਕ ਜਣਾ ਆ ਕੇ ਫੋਟੀ ਲੈ ਕੇ ਬੁੱਕ ਮਾਰ ਲੈਣੀ ਯਾਰ ਇੱਕ ਜਣਾ ਆ ਕੇ ਆ ਕਰ ਲਵੇ ਨਾਲ ਮਤਲਬ ਉਹ ਸੋ ਬੱਚਿਆਂ ਦਾ ਜਿਹੜਾ ਮਾਈਂਡ ਆ ਉਹ ਐਕਟੀਵਿਟੀਜ਼ ਦੇ ਵਿੱਚ ਬਿਜ਼ੀ ਰਹਿੰਦਾ ਸੀਗਾ ਐਂਡ ਨਾਲ ਦੀ ਨਾਲ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਇੱਕ ਜਿਹੜਾ ਆਪਸ ਦੇ ਵਿੱਚ ਸਮਾਂ ਵਾ ਆਪਸ 'ਚ ਬਤੀਤ ਕਰਦੇ ਸੀ ਇੱਕ ਬਹੁਤ ਬੈਟਰ ਬੌਂਡ ਬਣਾਉਂਦਾ ਸੀਗਾ ਹੈ ਨਾ ਅਤੇ ਉਹਦਾ ਇੱਕ ਰੀਜ਼ਨ ਆ ਵੀ ਅੱਜਕੱਲ ਬੱਚੇ ਤੁਹਾਡੇ ਨਾਲ ਗੱਲ ਸ਼ੇਅਰ ਨਹੀਂ ਕਰਦੇ ਬਿਕੋਜ਼ ਆਪਾਂ ਉਹਨਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਸੋਸ਼ਲ ਮੀਡੀਆ ਜ਼ਿਆਦਾ ਉਹ ਇੰਟਰੈਕਸ਼ਨ ਕਰਦੇ ਸੀ ਮੈਂ ਆਪਣੀ ਮਦਰ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੀ ਸੀ ਆਪਣੇ ਈਵਨ ਕਿ ਫਾਦਰ ਨਾਲ ਵੀ ਹਰ ਗੱਲ ਸ਼ੇਅਰ ਕਰਨੀ ਲਾਈਕ ਆਈ ਐਮ ਵੈਰੀ ਲਾਈਕ ਫਰੈਂਡਲੀ ਵਿਦ ਦੈਮ ਹੈ ਨਾ ਅਤੇ ਕਦੀ ਵੀ ਕੋਈ ਮੈਨੂੰ ਲਾਈਕ ਇਹ ਚੈਲੰਜਸ ਨਹੀਂ ਫੇਸ ਕਰਨੇ ਪਏ ਵੀ ਹਾਂ ਮੇਰੇ ਪੇਰੈਂਟਸ ਆ ਜਾਂ ਮੈਨੂੰ ਕੋਈ ਚੈਲੰਜਸ ਆ ਰਹੇ ਆ ਨੈਵਰ ਇੱਥੇ ਜਦੋਂ ਬੱਚੇ ਛੋਟੇ ਛੋਟੇ ਹੁੰਦੇ ਹਲੇ ਡੇ ਕੇਅਰ ਜਾਂ ਕਿੰਡਰਗਾਰਟਨ ਵੀ ਨਹੀਂ ਜਾਣਾ ਸ਼ੁਰੂ ਹੁੰਦੇ ਪੇਰੈਂਟਸ ਆਪਣੀ ਮਸ਼ਰੂਫੀਅਤ ਦੇ ਕਾਰਨ ਚਲੋ ਜਦੋਂ ਉਹਨਾਂ ਦੀ ਛੁੱਟੀ ਵੀ ਹੁੰਦੀ ਹੈ ਗਰੋਸਰੀ ਲਿਆਉਣੀ ਘਰ ਦੇ ਕੰਮ ਕਰਨੇ ਆਹ ਕਰਨੇ ਵੀ ਮੇਰੇ ਬੱਚੇ ਨੂੰ ਸੁਣਨਾ ਪੰਨਾ ਮਹਿਸੂਸ ਹੋਵੇ ਉਹਨੂੰ ਆਪ ਹੀ ਫੋਨ ਫੜਾ ਲੈ ਫੜ ਫੋਨ ਭਾਈ ਫੋਨ 'ਤੇ ਕੁਛ ਦੇਖ ਲਾ ਲੈਪਟੋਪ ਫੜ ਲੈਪਟੋਪ 'ਤੇ ਕੁਛ ਦੇਖ ਲਾ ਅਤੇ ਮੇਰੀ ਜਾਨ ਸੌਖੀ ਮਤਲਬ ਇੱਕ ਅਸੀਂ ਆਪਣੀ ਜਾਨ ਸੌਖੀ ਕਰਦੇ ਕਰਦੇ ਉਸ ਬੱਚੇ ਦਾ ਜਿਹੜਾ ਮਾਇੰਡ ਆ ਉਦਾਂ ਉਹਨੂੰ ਪ੍ਰਿਪੇਅਰ ਕਰ ਦਿੰਦੇ ਬੱਚਿਆਂ ਨੂੰ ਕਿਤੇ ਨਾ ਕਿਤੇ ਲੱਗਦਾ ਭਾਈ ਵੀ ਇਹਨਾਂ ਨਾਲ ਕਦੀ ਗੱਲਬਾਤ ਕਰਨੀ ਹੈ ਇੱਧਰ ਹੀ ਕਰੂੰਗਾ ਹੁਣ 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 ਦੇਖੋ ਇੱਕ ਬੱਚਾ ਲਾ ਲਓ 3-3.5-4 ਸਾਲ ਦਾ ਜੀ ਉਹ ਬੱਚਾ ਹਲੇ ਬਾਹਰ ਆਉਣਾ ਜਾਣਾ ਨਹੀਂ ਸ਼ੁਰੂ ਹੋਇਆ ਉਹਨੂੰ ਹਲੇ ਇਹ ਨਹੀਂ ਪਤਾ ਲੈਪਟੋਪ ਹੈ ਕੀ ਆ ਇਹ ਟੈਬਲੇਟ ਕੀ ਆ ਫੋਨ ਕੀ ਆ ਉਹਨੂੰ ਇਹ ਕਿੱਥੋਂ ਪਤਾ ਲੱਗਦਾ ਜੀ ਅਸੀਂ ਦਿੰਦੇ ਪਰ ਉਹ ਏਜ ਦੇ ਵਿੱਚ ਉਹ ਤਾਂ ਨੀ ਕਿਸੇ ਨੂੰ ਦੇਖ ਰਿਹਾ ਉਹ ਤਾਂ ਨੀ ਬਾਹਰ ਆਉਂਦਾ ਜਾਂਦਾ ਕਿਸੇ ਨਾਲ ਉਹਨੂੰ ਇਹ ਚੀਜ਼ਾਂ ਉਸ ਏਜ 'ਚ ਕੌਣ ਪ੍ਰੋਵਾਈਡ ਕਰਨਾ ਸ਼ੁਰੂ ਕਰਦਾ ਅਸੀਂ ਪੇਰੈਂਟਸ ਜਾਂ ਵੱਡੇ ਸਿਬਲਿੰਗਸ ਜਾਂ ਆਪਾਂ ਘਰ ਦੇ ਵਿੱਚ ਹੀ ਸ਼ੁਰੂ ਕਰਦੇ ਸੋ ਉਹ ਜਿਹੜਾ ਬੱਚੇ ਦਾ ਆਪਾਂ ਜਿਹੜਾ ਬਚਪਨ ਆ ਹੈ ਨਾ ਉਹ ਉਹਦੀਆਂ ਉਹ ਐਕਟੀਵਿਟੀਜ਼ ਨੂੰ ਉਹਦੇ ਆਲੇ ਮਤਲਬ ਉਹਨੂੰ ਇੱਕ ਖਿਲੌਣੇ ਲਿਆ ਕੇ ਉਹਨੂੰ ਟੋਇਜ਼ ਨਾਲ ਤਾਂ ਬੱਚੇ ਖੇਡਦੇ ਹੀ ਨਹੀਂ ਅੱਜ ਕੱਲ੍ਹ ਟੋਇਜ਼ ਨਾਲ ਹੈ ਨਾ ਜਾਂ ਆਪਣਾ ਜਿੱਦਾਂ ਅਸੀਂ ਛੋਟੇ ਹੁੰਦੇ ਡੋਲਾਂ ਜਾਂ ਘਰ ਬਣਾਉਣੇ ਜਾਂ ਗੱਡੀਆਂ ਬੱਚੇ ਮੰਗਦੇ ਨਹੀਂ ਲਿਆ ਦੋ ਉਹ ਬਸ ਇੱਕ ਅੱਧਾ ਦਿਨ ਉਹਨਾਂ ਨੂੰ ਹੁੰਦਾ ਫੈਸੀਨੇਸ਼ਨ ਬਸ ਐਟ ਦੀ ਐਂਡ ਉਹਨਾਂ ਨੂੰ ਚਾਹੀਦਾ ਕੀ ਹੈ ਟੈਬਲੇਟ ਬਿਲਕੁਲ ਹੈ ਨਾ ਸੋ ਸਭ ਪਹਿਲਾਂ ਤਾਂ ਇਹ ਫਾਊਂਡੇਸ਼ਨ ਹੀ ਜਿਹੜੀ ਹੈ ਨਾ ਆਪਾਂ ਇਹ ਆਪਾਂ ਸਟਾਰਟ ਕਰਦੇ ਹਾਂ ਹੈ ਨਾ ਸੋ ਉਹ ਉਹਦੀ ਬਜਾਏ ਤੁਸੀਂ ਮਤਲਬ ਜੇ ਆਪਾਂ ਇਹ ਉਸ ਏਜ 'ਤੇ ਸਟਾਰਟ ਹੀ ਨਾ ਕਰੀਏ ਇਹ ਚੀਜ਼ ਬੱਚਿਆਂ ਦਾ ਜਿਹੜਾ ਬਹੁਤ ਵਧੀਆ ਅਸਰ ਹੋਊਗਾ ਉਹਨਾਂ ਦੀ ਮੈਂਟਲ ਹੈਲਥ 'ਤੇ ਉਹਨਾਂ ਦੀ ਲਾਈਕ ਫਿਜ਼ੀਕਲ ਹੈਲਥ 'ਤੇ ਆਪਣੇ ਪੇਰੈਂਟਸ ਨੂੰ ਇੱਥੇ ਮੋਸਟਲੀ ਸ਼ਿਕਾਇਤ ਹੁੰਦੀ ਵੀ ਬੱਚੇ ਬੋਲਣਾ ਨਹੀਂ ਸ਼ੁਰੂ ਕਰਦੇ 4-4 ਸਾਲ ਤੱਕ ਇੰਡੀਆ 2-2.5 ਸਾਲ ਦੇ ਬੱਚੇ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਸੀ ਅਤੇ ਰੀਜ਼ਨ ਇਹ ਆ ਕਿ ਬੱਚੇ ਘਰ ਦੇ ਵਿੱਚ ਕਿੰਨੇ ਜੀ ਹੁੰਦੇ ਸੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਬੱਚਾ ਗੂੰਗਾਰਾ ਭਰਦਾ ਸੀਗਾ ਹੈ ਨਾ ਹੁਣ ਇੱਥੇ ਚਲੋ ਜੇ ਪੇਰੈਂਟਸ ਹੀ ਆ ਜਿਹੜੇ ਘਰ ਘਰਾਂ ਦੇ ਵਿੱਚ ਗ੍ਰੈਂਡ ਪੇਰੈਂਟਸ ਨਹੀਂ ਹੈਗੇ ਇੱਕ ਮਾਂ ਹੋਣ ਦੇ ਨਾਤੇ ਜਾਂ ਜਦੋਂ ਡੈਡ ਉਹਦਾ ਫਾਦਰ ਕੰਮ ਤੋਂ ਆਇਆ ਵਾ ਆਪਣੇ ਬੱਚੇ ਨਾਲ ਬਹਿ ਕੇ ਗੱਲਾਂ ਕਰ ਆਪਣਾ ਫੈਮਿਲੀ ਜਿਹਦੇ ਵਿੱਚ ਜੇ 4G ਵੀ ਆ 4G ਬੈਠੋ ਭਾਵੇਂ ਰੋਟੀ ਖਾਂਦੇ ਖਾਂਦੇ ਹੀ ਉਹ ਬੱਚੇ ਨਾਲ ਗੱਲਾਂ ਕਰੋ ਬਿਲਕੁਲ ਹੈ ਨਾ ਉਹਨੂੰ ਬੱਚੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨਾਲ ਗੱਲਾਂ ਕਰੋ ਨਾ ਕਿ ਆਪਾਂ ਜਦੋਂ ਬੱਚੇ ਨੂੰ ਕਹਿ ਦਈਦਾ ਹਾਂ ਵੀ ਮੈਂ ਰੋਟੀ ਬਣਾਉਣੀ ਆ ਲੈ ਤੂੰ ਟੈਬਲੇਟ ਦੇ ਟੈਬਲੇਟ ਵੇਖ ਲਾ ਬਿਲਕੁਲ ਉੱਥੋਂ ਹੀ ਆਪਾਂ ਨੂੰ ਪਹਿਲਾਂ ਤਾਂ ਉਹ ਚੀਜ਼ ਬਿਲਕੁਲ ਜਿਹੜੀ ਉਹ ਸਟੋਪ ਕਰਨੀ ਚਾਹੀਦੀ ਬੱਚੇ ਦਾ ਇੱਕ ਬਿਹੇਵੀਅਰ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਬੱਚੇ ਦਾ ਜਿਹੜਾ ਇੱਕ ਇੰਟਰਸਟ ਆ ਨਾ ਉਹ ਆਲਰੇਡੀ ਐਡਵਾਂਸ ਮਤਲਬ ਚੀਜ਼ਾਂ ਵੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ ਜੇ ਬੱਚੇ ਕੋਲ ਅੱਜ ਟੈਬਲੇਟ ਆ ਉਹਨੇ ਗਾਂ ਹੋਰ ਮਤਲਬ ਐਡਵਾਂਸ ਚੀਜ਼ਾਂ ਦਾ ਉਹਨੇ 4-5 ਸਾਲ ਦਾ ਉਹ ਐਕਸਬੋਕਸ ਮੰਗਣੀ ਫਿਰ ਪਲੇ ਸਟੇਸ਼ਨ ਮੰਗਣੀ ਮਤਲਬ ਆਟੋਮੈਟਿਕਲੀ ਜਿਹੜਾ ਇਹ ਕਲਚਰ ਜਿਹੜਾ ਇਹ ਚੱਲ ਜਾਂਦਾ ਠੀਕ ਹੈ ਜਦੋਂ ਬੱਚਾ ਵੱਡਾ ਹੁੰਦਾ ਉਹ ਆਪਣੇ ਸਕੂਲ ਫਰੈਂਡਾਂ ਕੋਲ ਜਾਂਦਾ ਉਹਦਾ ਫਰੈਂਡ ਪੁੱਛਦਾ ਟੂਆ ਖੇਡਦਾ ਉਹਦਾ ਜੀ ਕਰਦਾ ਪਰ ਉਹਦੇ ਵਿੱਚ ਆਪਾਂ ਨੂੰ ਘਰ ਦੇ ਵਿੱਚ ਹੁਣ ਜਿੱਦਾਂ ਮੇਰਾ ਵੀ ਬੇਟਾ ਹੈ ਨਾ ਉਹ ਕਹੂਗਾ ਮੰਮਾ ਮੈਂ ਪਲੇ ਸਟੇਸ਼ਨ ਹਾਂ ਠੀਕ ਹੈ ਲਿਆਓ ਬੱਚੇ ਨੂੰ ਇਹ ਨਾ ਫੀਲ ਹੋਵੇ ਕਿ ਮੇਰੇ ਨਾਲ ਇੱਦਾਂ ਸਲੂਕ ਹੋ ਰਿਹਾ ਚੀਜ਼ਾਂ ਲਿਆ ਦਿਓ ਫਿਰ ਉਹਨਾਂ ਨੂੰ ਮੈਨੇਜ ਕਰਨਾ ਸਿੱਖੋ ਉਹਨੂੰ ਮੈਨੇਜ ਕਿੱਦਾਂ ਕਰਨਾ ਹੈ ਨਾ ਉਹ ਕਿ ਤੇਰੇ ਕੋਲ ਆਹ ਛੁੱਟੀ ਵਾਲੇ ਦਿਨ ਤੇਰੇ ਕੋਲ ਇੰਨਾ ਟਾਈਮ ਹੈ ਹਾਂਜੀ ਤੂੰ ਆਪਣੇ ਫਰੈਂਡਸ ਨਾਲ ਖੇਲ ਐਂਡ ਲੈਟ ਦੈਮ ਨੋ ਕਿ ਤੂੰ ਆਹ ਟਾਈਮ ਅਵੇਲੇਬਲ ਹੁੰਦਾ ਹੈ ਨਾ ਵੀ ਉਹ ਆਪਣੇ ਫਰੈਂਡਸ ਨਾਲ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਰਾਈਟ ਐਂਡ ਜਦੋਂ ਮੈਨੂੰ ਲੱਗਣ ਲੱਗਦਾ ਕਿ ਹਾਂ ਵੀ ਇਹ ਜ਼ਿਆਦਾ ਟਾਈਮ ਦੇ ਰਿਹਾ ਮੈਂ
ਆਈ ਥਿੰਕ ਆਫ ਦਾ ਆਲਟਰਨੇਟਿਵ ਵੀ ਇਹਨੂੰ ਹੋਰ ਕਿਹੜੀ ਚੀਜ਼ ਪਸੰਦ ਆ ਫਿਰ ਮੈਂ ਉਹਨੂੰ ਕਹਿੰਦੀ ਚੱਲ ਆਪਾਂ ਚੱਲੀਏ ਤੂੰ ਮੌਲ ਜਾਣਾ ਸੀ ਤੂੰ ਆਹ ਲੈਣਾ ਮੰਗਦਾ ਉਹਨੂੰ ਉਹ ਚੀਜ਼ ਉਹ ਤੋਂ ਜ਼ਿਆਦਾ ਅਟਰੈਕਟਿਵ ਲੱਗਦੀ ਉਹਦੇ ਨਾਲ ਕਿ ਤੁਸੀਂ ਉਹਨੂੰ ਆਪਣੇ ਨਾਲ ਟਾਈਮ ਸਪੈਂਡ ਕਰਨ 'ਤੇ ਆਟੋਮੈਟਿਕਲੀ ਆਪਣੇ ਨਾਲ ਉਹਨੂੰ ਮਿਲਾ ਲੈਂਦੇ ਹਾਂ ਸੋ ਇਹ ਜਿਹੜੀਆਂ ਚੀਜ਼ਾਂ ਮੇਨ ਆਈ ਥਿੰਕ ਦੇ ਆਰ ਵੈਰੀ ਇੰਪੋਰਟੈਂਟ ਫਰੋਮ ਬਿਗਨਿੰਗ ਯਾ ਹਾਂਜੀ ਅਗਰ ਆਪਾਂ ਗੱਲ ਕਰੀਏ ਪਹਿਲੇ ਸਮੇਂ ਦੇ ਵਿੱਚ ਅਤੇ ਹੁਣ ਸਮੇਂ ਦੇ ਵਿੱਚ ਮਸ਼ਰੂਫੀਅਤ ਬਹੁਤ ਜ਼ਿਆਦਾ ਹੋ ਗਈ ਹੈ ਅਗਰ ਆਪਾਂ ਕੈਨੇਡੀਅਨ ਜਾਂ ਵੈਸਟਰਨ ਕਲਚਰ ਦੀ ਗੱਲ ਕਰੀਏ ਤਾਂ ਪੇਰੈਂਟਸ ਜਿਹੜੇ ਦੋਨੋਂ ਨੇ ਕੰਮਾਂਕਾਰਾਂ 'ਤੇ ਬਿਜ਼ੀ ਹੁੰਦੇ ਨੇ ਕਈ ਵਾਰੀ ਜਿਵੇਂ ਜ਼ਿਕਰ ਕੀਤਾ ਵੀ ਦੋ ਤਿੰਨ ਤਿੰਨ ਜੋਬਾਂ ਕਰਨੀਆਂ ਪੈਂਦੀਆਂ ਨੇ ਪ੍ਰੋਪਰ ਟਾਈਮ ਨਹੀਂ ਹੁੰਦਾ ਜੀ ਪਰ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਤੁਹਾਡੀ ਵਰਕ ਲਾਈਫ ਆ ਅਤੇ ਫੈਮਿਲੀ ਲਾਈਫ ਆ ਉਹਦੇ ਵਿੱਚ ਬੈਲੈਂਸ ਰੱਖਣਾ ਵੀ ਜ਼ਰੂਰੀ ਹੈ ਜੀ ਤੁਸੀਂ ਕੀ ਸੋਚਦੇ ਵੀ ਕਿਵੇਂ ਮੇਨਟੇਨ ਕੀਤਾ ਜਾ ਸਕਦਾ ਵਰਕ ਲਾਈਫ ਬੈਲੈਂਸ ਜਿਹੜਾ ਹੈਗਾ ਕਿ ਤੁਹਾਡੀ ਜਿਹੜੀ ਵਰਕ ਲਾਈਫ ਅਤੇ ਤੁਹਾਡੀ ਘਰ ਦੀ ਲਾਈਫ 'ਤੇ ਵੀ ਬੈਲੈਂਸ ਬਿਲਕੁਲ ਉਹਨਾਂ ਨੂੰ ਦੋਨਾਂ ਨੂੰ ਆਪਣੀ ਆਪਣੀ ਜਗ੍ਹਾ ਕਿਵੇਂ ਦੇਣੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਆ ਕਿ ਅਸੀਂ ਕੰਮ ਕਿਉਂ ਕਰਦੇ ਹਾਂ ਅਸੀਂ ਕਿਉਂ ਬਿਜ਼ੀ ਹਾਂ ਬਿਲਕੁਲ ਸਾਡੀ ਜੋਬ ਕਿਸ ਤਰ੍ਹਾਂ ਦੀ ਹੈ ਕਿੰਨੀ ਡਿਮਾਂਡਿੰਗ ਹੈ ਬਿਲਕੁਲ ਅਤੇ ਅਸੀਂ ਆਪਣੀ ਇੱਕ ਚੰਗੀ ਲਾਈਫ ਲਈ ਉਹਨਾਂ ਦੀ ਅਤੇ ਆਪਣੀ ਆਪਣੀ ਫੈਮਿਲੀ ਲਾਈਫ ਲਈ ਅਸੀਂ ਉਹ ਜੋਬ ਕਰ ਰਹੇ ਹਾਂ ਬਿਲਕੁਲ ਆਈ ਥਿੰਕ ਡਿਗਨਿਟੀ ਆਫ ਲੇਬਰ ਕ੍ਰੀਏਟ ਹੁੰਦੀ ਹੈ ਨੰਬਰ 2 ਰਿਸਪੈਕਟ ਬਣਦੀ ਹੈ ਪੇਰੈਂਟਸ ਦੇ ਪ੍ਰਤੀ ਉਹਨਾਂ ਦੀ ਉਹ ਬਹੁਤ ਜ਼ਰੂਰੀ ਹੈ ਐਂਡ ਅਪਾਰਟ ਫਰੋਮ ਦੈਟ ਜਦੋਂ ਆਪਾਂ ਘਰ ਆਉਂਦੇ ਹਾਂ ਕਈ ਵਾਰੀ ਆਪਾਂ ਥੱਕੇ ਆਉਂਦੇ ਹਾਂ ਪਰ ਤੁਸੀਂ ਮੇਕ ਸ਼ੋਰ ਕਰੋ ਕਿ ਆਪਣਾ ਜਿਹੜਾ ਵਰਕ ਦਾ ਸਟ੍ਰੈਸ ਹੈ ਉਹ ਘਰ ਲੈ ਕੇ ਨਾ ਆਓ ਆਪਣੇ ਬੱਚਿਆਂ ਨੂੰ ਜੇ ਤੁਸੀਂ ਜ਼ਿਆਦਾ ਸਮਾਂ ਨਹੀਂ ਦੇ ਸਕਦੇ ਤਾਂ ਹਰ ਰੋਜ਼ 5 ਤੋਂ 10 ਮਿੰਟ ਜ਼ਰੂਰ ਦਿਓ ਉਹ ਬੇਸ਼ੱਕ ਕੋਸ਼ਿਸ਼ ਕਰੋ ਕਿਉਂਕਿ ਆਪਣੇ ਫੈਮਿਲੀ ਡਾਇਨਾਮਿਕਸ ਇੱਦਾਂ ਆ ਕਿ ਕਈ ਵਾਰੀ ਗ੍ਰੈਂਡ ਪੇਰੈਂਟਸ ਹੁੰਦੇ ਆ ਬੱਚੇ ਹੋਰ ਵੀ ਹੈਗੇ ਆ ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ 1-on-1 ਇੰਟਰੈਕਸ਼ਨ ਦੀ ਆਪਣੇ ਬੱਚੇ ਨਾਲ ਲੋੜ ਹੈ ਉਹਨਾਂ ਨੂੰ ਡਰਾਈਵ ਲਈ ਛੋਟੀ ਲਈ ਲੈ ਜਾਓ ਜੀ ਉਹਨਾਂ ਨੂੰ 10 ਮਿੰਟ ਬਾਹਰ ਵਾਕ ਲਈ ਲੈ ਜਾਓ ਵਾਕ ਲਈ ਲੈ ਜਾਓ ਤਾਂ ਕਿ ਤੁਸੀਂ ਉਹਨਾਂ ਨਾਲ 1-on-1 ਇੰਟਰੈਕਸ਼ਨ ਵਿਦਆਊਟ ਐਨੀ ਡਿਸਟਰਬੈਂਸ ਬਿਲਕੁਲ ਡਿਸਟਰੈਕਸ਼ਨ ਕਰ ਸਕੋ ਸੋ ਇਹ ਇੱਕ ਬਹੁਤ ਹੀ ਇੱਕ ਜ਼ਰੂਰੀ ਸਟੈਪ ਹੈਗਾ ਆ ਹੋਰ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਤੁਸੀਂ ਆਪਣੇ ਜਦੋਂ ਤੁਸੀਂ ਕੰਮ ਤੋਂ ਆਉਂਦੇ ਹੋ ਇੱਕ ਸ਼ੋਅ ਰੱਖ ਲਓ ਇੱਕ ਫੈਮਿਲੀ ਸ਼ੋਅ ਰੱਖ ਲਓ ਜਿਹੜਾ ਤੁਸੀਂ ਐਜ਼ ਏ ਫੈਮਿਲੀ ਬੈਠ ਕੇ ਇਕੱਠਿਆਂ ਦੇਖ ਲਓ ਬੱਚੇ ਵੀ ਪਸੰਦ ਕਰਦੇ ਹੋ ਜਿਹਨੂੰ ਬੱਚੇ ਵੀ ਹਾਂ ਜਿਹੜਾ ਦੋਨਾਂ ਨੂੰ ਹੀ ਚੰਗਾ ਲੱਗਦਾ ਹੋਵੇ ਕੰਸੈਂਸਸ ਜੀ ਡਿਵੈਲਪ ਕਰ ਲਓ ਬਿਲਕੁਲ ਅਤੇ ਉਹ ਤੁਸੀਂ ਉਹਦਾ ਮੈਂ ਸ਼ੋਅ ਦੇਖ ਸਕਦੇ ਹੋ ਤੁਸੀਂ ਫਿਰ ਇੱਕ ਇੱਕ ਬੁੱਕਸ ਬਾਰੇ ਗੱਲਾਂ ਕਰ ਸਕਦੇ ਹੋ ਜਿਹੜੀਆਂ ਬੱਚੇ ਵੀ ਪੜ੍ਹਦੇ ਆ ਅਤੇ ਵੱਡਿਆਂ ਲਈ ਵੀ ਉਨੀ ਇੰਪੋਰਟੈਂਟ ਹੈਗੀਆਂ ਨੇ ਅਤੇ ਤੁਸੀਂ ਯੂਨੋ ਜਿਹੜੇ ਆਪਣੇ ਸੈਲੀਬ੍ਰਿਟੀਜ਼ ਹੈਗੇ ਨੇ ਜਾਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਹੈਗੀਆਂ ਨੇ ਉਹਨਾਂ ਬਾਰੇ ਆਪਣੇ ਬੱਚਿਆਂ ਨਾਲ ਗੱਲਾਂ ਕਰ ਸਕਦੇ ਹੋ ਸੋ ਐਂਡ ਕਈ ਵਾਰੀ ਬੜੀ ਹਲਕੀ ਫੁਲਕੀ ਗੱਲ ਵੀ ਕਰ ਸਕਦੇ ਹੋ ਹਾਸਾ ਮਜ਼ਾਕ ਯੂਨੋ ਜੋਕਸ ਸੋ ਇਹ ਸਾਰਾ ਕੁਛ ਇੱਕ ਵਰਕ ਲਾਈਫ ਬੈਲੈਂਸ ਲਈ ਬਹੁਤ ਜ਼ਰੂਰੀ ਹੈਗਾ ਦੈਟਸ ਵੰਡਰਫੁਲ ਅਤੇ ਹੁਣ ਮੈਂ ਗੱਲ ਕਰਾਂਗਾ ਇੱਕ ਨਾ ਸਕੂਲਾਂ ਦੇ ਵਿੱਚ ਹੁੰਦੀ ਪੇਰੈਂਟ ਟੀਚਰ ਐਸੋਸੀਏਸ਼ਨ ਹਾਂਜੀ ਨੈਚੁਰਲੀ ਇਹਦਾ ਅਰਥ ਜੋ ਨਿਕਲਦਾ ਵੀ ਭਾਈ ਪੇਰੈਂਟਸ ਅਤੇ ਟੀਚਰਸ ਆਪਸ ਦੇ ਵਿੱਚ ਮਿਲਦੇ ਨੇ ਅਤੇ ਕਿਵੇਂ ਅਸੀਂ ਸਕੂਲਿੰਗ ਨੂੰ ਜਾਂ ਬੱਚਿਆਂ ਨਾਲ ਰਿਲੇਸ਼ਨ ਜਿਹੜੇ ਆ ਉਹਨੂੰ ਆਪਾਂ ਬੈਟਰ ਕਰ ਸਕਦੇ ਇਹਦੇ ਲਈ ਬਣਾਈ ਗਈ ਲੱਗਦੀ ਹੈ ਹਾਂਜੀ ਪਰ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਤੁਸੀਂ ਟੀਚਰ ਵੀ ਰਹੇ ਜੀ ਕਿ ਕੀ ਪੇਰੈਂਟ ਟੀਚਰ ਐਸੋਸੀਏਸ਼ਨ ਆਪਣੇ ਜਿਹੜੇ ਮਕਸਦ ਆ ਉਹ ਪੂਰਾ ਕਰਨ ਦੇ ਵਿੱਚ ਕਾਮਯਾਬ ਹੈਗੀ ਆ ਜਾਂ ਉਹਦੇ ਵਿੱਚ ਕੀ ਸੁਧਾਰ ਕਰਨ ਦੀ ਲੋੜ ਆਈ ਬਲੀਵ ਜਿਹੜੀ ਇਹ ਐਸੋਸੀਏਸ਼ਨ ਆ ਉਹਦੇ ਵਿੱਚ ਜਿਹੜੇ ਪੇਰੈਂਟਸ ਆ ਉਹਨਾਂ ਦੇ ਜਿਹੜੇ ਕੰਸਰਨਸ ਆ ਹੈ ਨਾ ਉਹ ਟੀਚਰਸ ਐਸੋਸੀਏਸ਼ਨ ਨੂੰ ਅਤੇ ਟੀਚਰਸ ਦੇ ਜਿਹੜੇ ਕੰਸਰਨਸ ਆ ਉਹ ਪੇਰੈਂਟਸ ਨੂੰ ਹੈ ਨਾ ਉਹ ਇੱਕ ਸੀਰੀਅਸ ਨੋਟ 'ਤੇ ਲੈਣੇ ਚਾਹੀਦੇ ਆ ਜੀ ਪਹਿਲੀ ਗੱਲ ਤਾਂ ਇਹ ਕੰਸਰਨਸ ਪੁੱਛਣੇ ਚਾਹੀਦੇ ਓਕੇ ਵੀ ਆ ਤੁਹਾਡੇ ਬੱਚੇ ਤੁਹਾਨੂੰ ਐਜ਼ ਅ ਹੋਲ ਪੇਰੈਂਟਸ ਜੇ 5-10-15 ਪੇਰੈਂਟਸ ਬੈਠੇ ਆ ਤੁਹਾਡੇ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਐਜ਼ ਅ ਪੇਰੈਂਟਸ ਜਿਹੜੇ ਆ ਉਹਨਾਂ ਦੇ ਕਾਮਨ ਕੰਸਰਨਸ ਕੀ ਆ ਠੀਕ ਆ ਆਪਾਂ ਚਲੋ ਜੇ 1-on-1 ਨਹੀਂ ਕਰ ਸਕਦੇ ਕਾਮਨ ਕੰਸਰਨਸ ਲੈ ਸਕਦੇ ਆ ਪੇਰੈਂਟਸ ਦੇ ਅਤੇ ਉਹਨਾਂ ਨੂੰ ਇੱਕ ਸੀਰੀਅਸ ਨੋਟ ਦੇ ਉੱਤੇ ਉਹਨਾਂ ਨੂੰ ਐਕਨੋਲੇਜ ਕੀਤਾ ਜਾਵੇ ਉਹਨਾਂ ਦੇ ਕੰਸਰਨਸ ਦੇ ਉੱਤੇ ਵਰਕ ਕੀਤਾ ਜਾਵੇ ਹੈ ਨਾ ਆਈ ਥਿੰਕ ਉਹਦੇ ਵਿੱਚ ਬਹੁਤ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਹੱਲ ਹੋ ਸਕਦਾ ਬਿਕੋਜ਼ ਜਦੋਂ ਇੱਕ ਪੇਰੈਂਟਸ ਦੇ ਕੰਸਰਨਸ ਲਿੱਤੇ ਜਾਣ ਅਤੇ ਉੱਧਰੋਂ ਟੀਚਰਸ ਦੇ ਕੰਸਰਨ ਲਿੱਤੇ ਜਾਣ ਅਤੇ ਦੋਨੋਂ ਪਾਸਿਓਂ ਮਿਲ ਕੇ ਇੱਕ ਜਿਹੜਾ ਉਹਦਾ ਫਿਰ ਹੱਲ ਨਿਕਲ ਸਕਦਾ ਬਟ ਪਹਿਲਾ ਸਟੈਪ ਤਾਂ ਇਹ ਹੈ ਕਿ ਕੰਸਰਨਸ ਲਿੱਤੇ ਜਾਣ ਬਿਲਕੁਲ ਪੇਰੈਂਟਸ ਟੀਚਰ ਐਸੋਸੀਏਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਜਾ ਕੇ ਸਿਰਫ ਮੀਟ ਐਂਡ ਗ੍ਰੀਟ ਕਰਨਾ ਥੋੜਾ ਜਿਹਾ ਆਪਾਂ ਹੋਰ ਬੈਠ ਕੇ ਇੰਟੈਂਸ ਕਰ ਦਈਏ ਵੀ ਆਪਾਂ
ਐਕਚੁਅਲ ਜੇ ਓਕੇ ਵਿਲ ਗਿਵ 5 ਮਿੰਟਸ ਇੱਕ ਪੇਰੈਂਟਸ ਦਾ ਕਾਮਨ ਕੰਸਰਨ ਨਹੀਂ ਤੇ ਆਪਣੇ ਆਪਣੇ ਜਿਹੜੇ ਪੇਰੈਂਟਸ ਕੰਸਰਨ ਲਿਖ ਕੇ ਚਲ ਜਾਣ ਤੇ ਉਹਨਾਂ ਨੂੰ ਐਕਚੁਅਲੀ ਕੰਸੀਡਰ ਕੀਤਾ ਜਾਵੇ ਡੈਫੀਨਿਟਲੀ ਤੁਸੀਂ ਇਹਦੇ ਉੱਪਰ ਕੁਝ ਐਡ ਆਨ ਕਰਨਾ ਚਾਹੋ ਜੀ ਪੇਰੈਂਟ ਟੀਚਰ ਐਸੋਸੀਏਸ਼ਨ ਮੇਰੇ ਹਿਸਾਬ ਨਾਲ ਬਹੁਤ ਬੈਟਰ ਹੋ ਸਕਦੀ ਹੈ ਜੇ ਦੋਨੋਂ ਪਾਸਿਓਂ ਸਹੀ ਸਟੈਪ ਲਏ ਜਾਣ ਜੀ ਜਿੱਦਾਂ ਹੁਣੇ ਆਪਾਂ ਸੋਸ਼ਲ ਮੀਡੀਆ ਡਿਪੈਂਡੈਂਸੀ ਦੀ ਗੱਲ ਕੀਤੀ ਸੋ ਆਪਾਂ ਸਪੀਕਰਸ ਬੁਲਾ ਸਕਦੇ ਹਾਂ ਸਪੈਸ਼ਲ ਉਹਦੇ ਲਈ ਸਪੈਸ਼ਲੀ ਸੋਸ਼ਲ ਮੀਡੀਆ ਐਟੀਕੇਟਸ ਸਿਖਾਉਣ ਵਾਲੇ ਕਿਸੇ ਬੰਦੇ ਦੇ ਫਿਰ ਜਿੱਦਾਂ ਆਪਾਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਿਹੜਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਇੱਕ ਆਫਟਰ ਸਰਟਨ ਏਜ ਸਮਝਾਉਣਾ ਫਿਰ ਆਪਾਂ ਉਹਦੇ ਲਈ ਕੰਸਰਨ ਬੰਦੇ ਬੁਲਾ ਸਕਦੇ ਹਾਂ ਆਪਾਂ ਡਿਫਰੈਂਟ ਵਰਕ ਫੋਰਸ ਤੋਂ ਜਿਹੜੇ ਬੰਦੇ ਹੈਗੇ ਆ ਉਹ ਬੁਲਾ ਸਕਦੇ ਹਾਂ ਤਾਂ ਕਿ ਉਹ ਡਿਫਰੈਂਟ ਕਰੀਅਰ ਆਪਸ਼ਨਸ ਤੁਹਾਡੇ ਬੱਚਿਆਂ ਨੂੰ ਦੱਸ ਸਕਣ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਕਰੀਅਰ ਆਪਸ਼ਨਸ ਆਪਣੀਆਂ ਪਤਾ ਨੇ ਪਰ ਬਹੁਤ ਸਾਰੇ ਬੱਚੇ ਉਹ ਨੇ ਜਿਹੜੇ ਅਜੇ ਸਿਰਫ ਉਹਨੂੰ ਐਕਸਪਲੋਰ ਹੀ ਕਰ ਰਹੇ ਨੇ ਇਹ ਬਹੁਤ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤਾ ਕਿਉਂਕਿ ਕਈ ਵਾਰੀ ਜਦੋਂ ਤੁਹਾਨੂੰ ਆਪਣੇ ਟਾਰਗੇਟ ਕਲੀਅਰ ਲਾਣਾ ਹੋਣ ਜੀ ਭਟਕਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਬਿਲਕੁਲ ਅਗਰ ਤੁਸੀਂ ਕੈਰੀਅਰ ਓਰੀਐਂਟਡ ਜੇ ਤਾਂ ਮੈਨੂੰ ਲੱਗਦਾ ਵੀ ਬੱਚੇ ਜਿਹੜੇ ਜ਼ਿਆਦਾ ਫੋਕਸ ਹੋਣਗੇ ਅਤੇ ਜ਼ਿਆਦਾ ਸੰਜੀਦਗੀ ਦੇ ਨਾਲ ਆਪਣੀ ਸਟੱਡੀ ਦੇ ਵਿੱਚ ਫੋਕਸ ਰਹਿਣਗੇ ਔਰ ਡੈਡੀਕੇਟਡ ਰਹਿਣਗੇ ਕੈਰੀਅਰ ਸੋ ਪੇਰੈਂਟ ਟੀਚਰ ਐਸੋਸੀਏਸ਼ਨ ਇੱਕ ਬਹੁਤ ਹੀ ਡਿਫਰੈਂਟ ਲੈਵਲ 'ਤੇ ਕੰਮ ਕਰ ਸਕਦੀ ਹੈ ਜਿੱਦਾਂ ਕਿ ਆਪਾਂ ਸਿਰਫ ਕਹਿੰਦੇ ਹਾਂ ਕਿ ਸਿਰਫ ਮੀਟ ਐਂਡ ਗ੍ਰੀਟ ਹੀ ਜ਼ਰੂਰੀ ਨਹੀਂ ਹੈ ਕਿ ਸਿਰਫ ਉੱਥੇ ਜਾਓ ਅਤੇ ਯੂ ਨੋ ਐਂਡ ਕਈ ਵਾਰੀ ਆਪਣੇ ਜਿਹੜੇ ਬਹੁਤ ਸਾਰੇ ਸੋਸ਼ਲ ਜਿਹੜੇ ਰਿਫੋਰਮਸ ਚਾਹੀਦੇ ਨੇ ਸਾਡੀ ਸੋਸਾਇਟੀ ਨੂੰ ਐਸਪੈਸ਼ਲੀ ਇਨ ਟਰਮਸ ਆਫ ਮੈਨੂੰ ਕਿਡਸ ਉਹਨਾਂ ਦੀਆਂ ਲੋੜਾਂ ਅਤੇ ਉਹ ਆਪਾਂ ਡੈਫੀਨੇਟਲੀ ਪੇਰੈਂਟ ਟੀਚਰ ਐਸੋਸੀਏਸ਼ਨ ਉਹਦੇ 'ਤੇ ਇੱਕ ਬਹੁਤ ਵੱਡੇ ਐਂਡ ਬਹੁਤ ਡਿਫਰੈਂਟ ਲੈਵਲ 'ਤੇ ਕੰਮ ਕਰ ਸਕਦੀ ਜੀ ਇੱਕ ਆਖਰੀ ਪੁਆਇੰਟ ਤੇ ਤੁਹਾਡੀ ਮੈਂ ਚਾਹਾਂਗਾ ਕਮੈਂਟ ਮੈਨੂੰ ਲੱਗਦਾ ਵੀ ਜ਼ਿਆਦਾਤਰ ਜਿਹੜੀਆਂ ਇੰਡੀਅਨ ਫੈਮਿਲੀਜ਼ ਨੇ ਜਾਂ ਇਮੀਗ੍ਰੈਂਟ ਫੈਮਿਲੀਜ਼ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਕਿਤੇ ਨਾ ਕਿਤੇ ਰੇਸ਼ੀਅਲ ਕਮੈਂਟਸ ਜ਼ਰੂਰ ਸੁਣਨ ਨੂੰ ਮਿਲਦੇ ਹੋਣਗੇ ਬੁੱਲੀ ਵੀ ਕੀਤਾ ਹੋਏਗਾ ਉਹਨਾਂ ਨੂੰ ਕੀ ਲੱਗਦਾ ਤੁਹਾਨੂੰ ਵੀ ਇਸ ਸਮੱਸਿਆ ਦਾ ਹੱਲ ਆਪਾਂ ਕਿਵੇਂ ਕਰ ਸਕਦੇ ਹਾਂ ਪੇਰੈਂਟਸ ਕਿਵੇਂ ਇਹਦੇ ਵਿੱਚ ਇਨਵੋਲਵ ਹੋ ਸਕਦੇ ਨੇ ਅਤੇ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਸੇਫ ਅਤੇ ਸਿਕਿਓਰ ਫੀਲ ਕਰਾ ਸਕਦੇ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਐਜ਼ ਇਮੀਗ੍ਰੈਂਟਸ ਇੱਥੇ ਆਉਂਦੇ ਹਾਂ ਤਾਂ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦੀ ਲਾਈਫ ਬਹੁਤ ਇੰਪਰੂਵ ਕਰਤੀ ਹੈ ਵਿੱਚ ਇੱਕ ਤਰੀਕੇ ਨਾਲ ਅਸੀਂ ਕੀਤੀ ਵੀ ਹੈ ਬਿਲਕੁਲ ਪਰ ਇਹਦੇ ਨਾਲ ਤਾਂ ਅਸੀਂ ਸੋਚਦੇ ਹਾਂ ਕਿ ਐਜ਼ ਇਮੀਗ੍ਰੈਂਟਸ ਅਸੀਂ ਬਹੁਤ ਸਾਰੇ ਚੈਲੰਜਸ ਆਪਣੀ ਲਾਈਫ 'ਚ ਫੇਸ ਕੀਤੇ ਆ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈਂਡਲ ਕੀਤੀ ਆ ਬਹੁਤ ਸਾਰੇ ਡਿਫਰੈਂਟ ਲੈਵਲਸ 'ਤੇ ਆਪਾਂ ਉਹ ਡਿਸਕ੍ਰਿਮੀਨੇਸ਼ਨ ਹੈਂਡਲ ਮਿਹਨਤ ਕੀਤੀ ਆ ਪਰ ਆਪਾਂ ਕਈ ਵਾਰੀ ਭੁੱਲ ਜਾਂਦੇ ਹਾਂ ਕਿ ਸਾਡੇ ਬੱਚੇ ਵੀ ਇੱਕ ਡਿਸਟ੍ਰੈਸ 'ਚੋਂ ਲੰਘ ਰਹੇ ਨੇ ਬਿਲਕੁਲ ਇੱਕ ਸਾਡੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਚੈਲੰਜਸ ਹੈਗੇ ਨੇ ਹੁਣ ਅਸੀਂ ਇੱਕ ਘਰ ਦੇ ਵਿੱਚ ਇੱਕ ਟੋਟਲੀ ਪੰਜਾਬੀ ਕਲਚਰ ਆ ਸਾਡਾ ਖਾਣ ਪੀਣਾ ਯੂ ਨੋ ਹਰ ਚੀਜ਼ ਸਾਡੀ ਉਹਦੇ ਹਿਸਾਬ ਨਾਲ ਆ ਅਤੇ ਬਾਹਰ ਜਾ ਕੇ ਬੱਚਿਆਂ ਨੂੰ ਜਦੋਂ ਕੈਨੇਡੀਅਨ ਕਲਚਰ 'ਚ ਆਪਣੇ ਆਪ ਨੂੰ ਅਸਿਮੂਲੇਟ ਕਰਨਾ ਪੈਂਦਾ ਆ ਉਹਨਾਂ ਲਈ ਵੀ ਉਹ ਸੌਖਾ ਨਹੀਂ ਹੈ ਉਹਨਾਂ ਲਈ ਵੀ ਉਹ ਔਖਾ ਆ ਸੋ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਅਤੇ ਜਦੋਂ ਆਪਾਂ ਕੈਨੇਡੀਅਨ ਕਲਚਰ ਦੀ ਸਿਮੂਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਹਨਾਂ ਨੂੰ ਫਲੈਕਸੀਬਿਲਿਟੀ ਦੇਣ ਦੀ ਲੋੜ ਹੈ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਾਂ ਕ੍ਰਿਸਮਸ ਮਨਾਉਂਦੇ ਹਾਂ ਜਾਂ ਆਪਾਂ ਕੈਨੇਡੀਅਨ ਜਿਹੜੇ ਤਿਉਹਾਰ ਮਨਾਉਂਦੇ ਹਾਂ ਬਿਲਕੁਲ ਸੋ ਆਪਾਂ ਉਹਨਾਂ ਨੂੰ ਵੀ ਉਨੀ ਇੰਪੋਰਟੈਂਸ ਦਈਏ ਜਿੰਨੀ ਆਪਣੇ ਆਪਾਂ ਆਪਣੇ ਕਲਚਰ ਆਪਣੀਆਂ ਇਵੈਂਟਸ ਨੂੰ ਦਿੰਦੇ ਹਾਂ ਅਤੇ ਇਹਦੇ ਨਾਲ ਇਹ ਹੈਗਾ ਕਿ ਅਸੀਂ ਇਹ ਸਾਰੇ ਚੈਲੰਜਸ ਨੂੰ ਕਾਫੀ ਹੱਦ ਤੱਕ ਸੋਲਵ ਕਰ ਸਕਦੇ ਹਾਂ ਦੈਟਸ ਵੰਡਰਫੁਲ ਤੁਸੀਂ ਐਡ ਆਨ ਕਰਨਾ ਚਾਹੁੰਦੇ ਹੋ ਪਰ ਕੁਝ ਹਾਂਜੀ ਬਿਲਕੁਲ ਮੈਂ ਜਿੱਦਾਂ ਇਹਨਾਂ ਨਾਲ ਸਹਿਮਤ ਆ ਵੀ ਆਪਾਂ ਜੇ ਉਹਨਾਂ ਦੇ ਕਲਚਰ ਨੂੰ ਆਪਾਂ ਬੱਚਿਆਂ ਨੂੰ ਇਹ ਸਿਖਾਈਏ ਇਸ ਕਰਨ ਦੀ ਬਜਾਏ ਕਿ ਨਹੀਂ ਆਪਾਂ ਪੰਜਾਬੀ ਹਾਂ ਆਹ ਸਾਡਾ ਕਲਚਰ ਆ ਆਫਕੋਰਸ ਆਪਣੇ ਕਲਚਰ ਬਾਰੇ ਦੱਸੋ ਵਿਚ ਇਜ਼ ਗਰਡ ਬਟ ਉਹਨਾਂ ਨੂੰ ਇਹ ਵੀ ਦੱਸੋ ਕਿ ਆਪਾਂ ਦੂਜਿਆਂ ਦੇ ਕਲਚਰ ਦੀ ਦੂਜਿਆਂ ਦੇ ਰਿਲੀਜਨ ਦੀ ਰਿਸਪੈਕਟ ਕਰਨੀ ਆ ਐਂਡ ਜੇ ਕੋਈ ਬੱਚਾ ਤੁਹਾਡੇ ਕੋਲ ਘਰ ਆਏ ਕਹਿਣ ਆਉਂਦਾ ਵੀ ਮੇਰਾ ਇਹ ਫਰੈਂਡ ਆ ਉਹਨਾਂ ਨੇ ਕ੍ਰਿਸਮਸ ਸੈਲੀਬ੍ਰੇਟ ਕਰਨਾ ਉਹਦੇ ਵਿੱਚ ਤੁਸੀਂ ਤੁਸੀਂ ਖੁਦ ਆਪ ਵੀ ਪਾਰਟੀਸਪੇਟ ਕਰੋ ਕਿਉਂਕਿ ਹਾਂਜੀ ਹਨਾ ਤੁਸੀਂ ਆਪ ਵੀ ਉਹਨਾਂ ਦੇ ਕਲਚਰ ਨੋ ਮੈਟਰ ਮੁਸਲਿਮ ਆ ਨੋ ਮੈਟਰ ਵੀ ਕ੍ਰਿਸਮਸ ਆ ਨੋ ਮੈਟਰ ਵੀ ਹਨਾ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਵੀ ਠੀਕ ਹੈ ਉਹ ਤੁਹਾਨੂੰ ਜੇ ਉਹ ਅਡੈਪਟ ਕਰਨਗੇ ਤਾਂ ਆਪਾਂ ਉਹਨਾਂ ਤੋਂ ਉਮੀਦ ਰੱਖ ਸਕਦੇ ਹਾਂ ਆਪਾਂ ਸਾਹਮਣੇ ਵਾਲਿਆਂ ਤੋਂ ਵੀ ਇਹ ਉਮੀਦ ਰੱਖ ਸਕਦੇ ਹਾਂ ਫਿਰ ਬਟ ਜੇ ਆਪਾਂ ਹੀ ਨਹੀਂ ਉਹਨਾਂ ਨੂੰ ਅਡੈਪਟ ਲਾਈਕ ਕਰ ਪਾ ਰਹੇ ਤੇ ਆਪਾਂ ਉਹਨਾਂ ਤੋਂ ਕੀ ਉਮੀਦ ਰੱਖਾਂ ਅਦਰਵਾਈਜ਼ ਵੀ ਇੱਕ ਸੈਕੂਲਰਿਜ਼ਮ ਕਹਿ ਲਓ ਜਾਂ ਰਿਸਪੈਕਟ ਫਾਰ ਆਲ ਰਿਲੀਜੀਅਨਸ ਇਹੋ ਜਿਹੀਆਂ ਇਨਸਪੀਰੇਸ਼ਨ ਫੈਮਿਲੀ ਤੋਂ ਹੀ ਸ਼ੁਰੂ ਹੁੰਦੀਆਂ ਹਨ ਸੋ ਟ੍ਰੀਟ ਦਮ ਦ ਵੇ ਯੂ ਵਾਂਟ ਟੂ ਬੀ ਟ੍ਰੀਟਡ ਬਿਲਕੁਲ ਰਾਈਟ ਐਂਡ ਆਈ ਬਲੀਵ ਕਹਿੰਦੇ ਨੇ ਨਾ ਵੀ ਜਿਹੜੀ ਫਿਊਜ਼ਨ ਆ ਉਹ ਕਨਫਿਊਜ਼ਨ ਨਾ ਹੋ ਜਾਏ ਹਾਂਜੀ ਹਾਂਜੀ ਫਿਊਜ਼ਨ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਪੜ੍ਹਨ ਦਾ ਬਿਲਕੁਲ ਫਿਰ ਵੀ ਕਿਤੇ ਨਾ ਕਿਤੇ ਚਲੋ ਆਈ ਐਗਰੀ ਕਿਤੇ ਨਾ ਕਿਤੇ ਇੱਕ
ਉਹਨਾਂ ਨੂੰ ਰੇਸਿਜ਼ਮ ਕਿਤੇ ਨਾ ਕਿਤੇ ਫੇਸ ਕਰਨਾ ਪੈ ਜਾਂਦਾ ਸਕੂਲਸ ਦੇ ਵਿੱਚ, ਕਿਉਂਕਿ ਅਸੀਂ ਆਪਣੇ ਬੱਚੇ ਨੂੰ ਇਹ ਗੁੱਡ ਥਿੰਗਸ ਸਿਖਾ ਲਾਂਗੇ। ਕਈ ਵਾਰੀ ਸਾਹਮਣੇ ਵਾਲਾ ਬੱਚਾ ਉਹ ਬਹੁਤ ਟਿਪੀਕਲ ਕਲਚਰ ਤੋਂ ਹੁੰਦਾ ਵਾ ਐਂਡ ਉਹ ਤੁਹਾਡੇ ਬੱਚੇ ਨੂੰ ਬੁਲੀ ਕਰਦੇ ਆ, ਇਹ ਇਸ਼ੂਜ਼ ਆਉਂਦੇ ਆ। ਉਹਦੇ ਵਿੱਚ ਸਕੂਲ ਦਾ ਵੀ ਓਨਾ ਹੀ ਇੱਕ ਜਿਹੜਾ ਕੰਟਰੀਬਿਊਸ਼ਨ ਅਤੇ ਰੋਲ ਹੋ ਜਾਂਦਾ ਵੀ ਆਪਣੇ ਬੱਚਿਆਂ ਨੂੰ ਕਿੱਦਾਂ ਤੁਸੀਂ ਆਪਸ ਦੇ ਵਿੱਚ ਮਿੰਗਲ ਕਰਾਉਣਾ ਉਹਨਾਂ ਨੂੰ ਸਕੂਲਸ ਦੇ ਵਿੱਚ। ਕਲਚਰਲ ਐਕਟੀਵਿਟੀਜ਼, ਹਾਂ ਅੱਜ ਤੂੰ ਆਪਣੇ ਕਲਚਰ ਬਾਰੇ ਦੱਸ, ਅੱਜ ਆਪਣੇ ਕਲਚਰ, ਕਲਚਰਲ ਐਕਟੀਵਿਟੀਜ਼ ਜ਼ਰੂਰ ਹੋਣੀਆਂ ਚਾਹੀਦੀਆਂ। ਅਤੇ ਇੱਕ ਤਾਂ ਕਿ ਬੱਚੇ ਹੁਣ ਜਿੱਦਾਂ ਦੀਵਾਲੀ ਆ, ਦੀਵਾਲੀ 'ਤੇ ਨੋ ਮੈਟਰ ਉਹ ਮੁਸਲਿਮ ਆ, ਨੋ ਮੈਟਰ ਉਹ ਗੋਰਾ, ਵੀ ਸਾਰੇ ਜਿਹੜੇ ਆ ਕੋਸਟਿਊਮ ਪਾ ਕੇ ਆ, ਉਹ ਆਪਾਂ ਸੈਲੀਬ੍ਰੇਟ ਕਰਦੇ ਹੈ ਨਾ। ਅਤੇ ਜੇ ਉਹਨਾਂ ਦਾ ਕ੍ਰਿਸਮਿਸ 'ਤੇ ਜੇ ਆਪਣੇ ਬੱਚੇ ਉਹ ਸੈਂਟੇ ਵਾਲੇ ਪਾ ਕੇ ਜਾ ਸਕਦੇ ਆ, ਅਤੇ ਦੂਜੇ ਆਪਣੇ ਕਲਚਰ ਦੇ ਵੀ ਉਹ ਜੇ ਸਕੂਲਾਂ ਵਾਲੇ ਸਾਰੇ ਕਲਚਰਸ ਨੂੰ, ਮਿਕਸ ਕਲਚਰ ਨੂੰ ਜੇ ਕੰਸਿਡਰ ਕਰਨ, ਉਹ ਕਲਚਰ ਸੈਲੀਬ੍ਰੇਟ ਕਰਨ, ਤਾਂ ਮੈਂ ਕਹਿੰਦੀ ਹਾਂ ਪ੍ਰੋਬਲਮ ਆਵੇ ਹੀ ਨਾ ਕਦੇ। ਮੇਨ ਪ੍ਰੋਬਲਮ ਸਕੂਲਸ ਦੇ ਵਿੱਚ ਬੁਲਿੰਗ ਦੀ, ਰੇਸਿਜ਼ਮ ਦੀ ਆਉਂਦੀ ਤਾਂ ਵਾ ਬਿਕੋਜ਼ ਉੱਥੇ ਸਿਰਫ ਇੱਕ ਹੀ ਕਲਚਰ ਨੂੰ ਤਵੱਜੋ ਦਿੱਤੀ ਜਾਂਦੀ। ਜਿਹੜੇ ਸਕੂਲ ਦੇ ਵਿੱਚ ਆਈ ਥਿੰਕ ਮਿਕਸ ਮਾਹੌਲ ਆ, ਸਾਰੇ ਕਲਚਰ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਵਾ, ਆਈ ਡੋਂਟ ਥਿੰਕ ਸੋ ਉੱਥੇ ਇੰਨੀ ਪ੍ਰੋਬਲਮ ਆਊਗੀ। ਬਿਕੋਜ਼ ਬੱਚੇ ਦਾ ਮਾਇੰਡ ਸੈੱਟ ਇੱਦਾਂ ਹੋ ਜਾਂਦਾ ਵੀ ਅਸੀਂ, ਸਾਡਾ ਹੀ ਕਲਚਰ ਆ, ਵੀ ਤੁਹਾਡਾ ਕਲਚਰ ਜਿਹੜਾ ਉਹ ਮਾਇਨੇ ਹੀ ਨਹੀਂ ਰੱਖਦਾ। ਬਿਲਕੁਲ, ਹਾਂਜੀ, ਸਮੇਂ ਦੀ ਸਮਾਪਤੀ ਹੋਣ ਵਾਲੀ ਹੈ ਅਤੇ ਅਮਨ ਜੀ ਮੈਂ ਚਾਹਾਂਗਾ ਕਿ ਜਾਣ ਤੋਂ ਪਹਿਲਾਂ ਪੇਰੈਂਟਸ ਦੇ ਲਈ, ਬੱਚਿਆਂ ਦੇ ਲਈ ਆਪਣੀ ਸੂਝ ਬੂਝ, ਆਪਣੀ ਜਿਹੜੀ ਐਕਸਪੀਰੀਅੰਸ ਆ ਉਹਦੇ ਨਾਲ ਰਿਲੇਟਡ ਕੁਝ ਟਿਪਸ ਦੇਣੇ ਚਾਹੋਗੇ? ਜੀ, ਪੇਰੈਂਟਿੰਗ ਜਿਹੜੀ ਹੈਗੀ ਹੈ, ਇਟ ਡਸਨਟ ਕਮ ਵਿਦ ਅ ਮੈਨੂਅਲ, ਕੋਈ ਇਹਦੀ ਸੈੱਟ ਕੋਈ ਪੇਰੈਂਟਿੰਗ ਰੂਲਸ ਨਹੀਂ ਹੈਗੇ। ਪਰ ਆਈ ਥਿੰਕ ਇੱਕ ਥੋੜ੍ਹੇ ਜਿਹੇ ਜਿਹੜੇ ਰੂਲਸ ਜਿਹੜੇ ਇੱਕ ਆਪਣੀ ਸੁਸਾਇਟੀ ਨੇ ਸਾਡੇ ਲਈ ਸੈੱਟ ਕੀਤੇ ਆ, ਤਾਂ ਸਾਨੂੰ ਫੋਲੋ ਵੀ ਕਰਨੇ ਚਾਹੀਦੇ ਆ। ਇੱਕ ਉਹ ਹੈਗਾ ਕਿ ਆਪਣੇ ਆਪਾਂ ਆਪਣੇ ਬੱਚਿਆਂ ਲਈ ਕਮਿਊਨੀਕੇਟ ਕਰੀਏ ਉਹਨਾਂ ਨਾਲ, ਵੱਧ ਤੋਂ ਵੱਧ ਉਹਨਾਂ ਨੂੰ ਅੰਡਰਸਟੈਂਡ ਕਰੀਏ, ਅਤੇ ਉਹਨਾਂ ਨਾਲ ਇੱਕ ਫਰੈਂਡ ਐਜ਼ ਏ ਫਰੈਂਡ ਉਹਨਾਂ ਨੂੰ ਕਈ ਵਾਰੀ ਸੁਣੀਏ, ਅਤੇ ਹਮੇਸ਼ਾ ਅਥੋਰਿਟੇਟਿਵ ਵੇ ਨਾਲ ਕੰਮ ਨਹੀਂ ਬਣਦਾ। ਕਈ ਜਗ੍ਹਾ 'ਤੇ ਸਾਨੂੰ ਡਿਸਿਪਲਿਨ ਕਰਨ ਦੀ ਵੀ ਲੋੜ ਹੈ। ਸੋ ਇੱਕ ਉਹ ਬੜਾ ਬੜਾ ਫਾਈਨ ਜਿਹਾ ਬੈਲੈਂਸ ਹੈ ਜਿਹੜਾ ਸਾਨੂੰ ਦੋਨਾਂ 'ਚ ਰੱਖਣ ਦੀ ਲੋੜ। ਸੋਰੀ ਥੈਂਕ ਯੂ ਕਹਿਣਾ ਵੀ ਸਿੱਖੀਏ, ਸੋਰੀ ਥੈਂਕ ਯੂ ਕਹਿਣਾ ਵੀ ਸਿੱਖੀਏ। ਐਬਸੋਲੂਟਲੀ ਜੀ, ਅਤੇ ਤੁਸੀਂ ਕੁਝ ਪੁਆਇੰਟਸ ਦੱਸਣੇ ਚਾਹੋ ਵੀ ਜਿਹਦੇ ਨਾਲ ਅਸੀਂ ਬੱਚਿਆਂ ਦੀ ਅਤੇ ਪੇਰੈਂਟਸ ਦੀ ਬੌਂਡਿੰਗ ਆਪਾਂ ਵਧੀਆ ਬਣਾ ਸਕੀਏ, ਉਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਜਿਹੜੇ ਆ ਅੰਡਰਸਟੈਂਡਿੰਗ ਕੁਝ ਬਿਹਤਰ ਕਰ ਸਕੀਏ? ਹਾਂਜੀ, ਉਹਦੇ ਵਿੱਚ ਇਹ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਉਹਨਾਂ ਲਈ ਇੱਕ ਸਪੈਸ਼ਲ ਟਾਈਮ ਰੱਖੀਏ, ਉਹਨਾਂ ਨਾਲ ਕਮਿਊਨੀਕੇਸ਼ਨ ਬੈਟਰ ਕਰੀਏ, ਹੈ ਨਾ। ਅਤੇ ਦੂਜੀ ਗੱਲ ਇਹ, ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਸੋਸ਼ਲ ਬਣਾਈਏ ਬਾਹਰ, ਆਪਣੇ ਨਾਲ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਆ ਉੱਥੇ ਲੈ ਕੇ ਜਾਓ। ਆਪਣੇ ਬੱਚਿਆਂ ਨੂੰ ਆਪਣੇ ਫਰੈਂਡਸ ਨਾਲ, ਰਿਸ਼ਤੇਦਾਰਾਂ ਨਾਲ ਇੰਟਰੋਡਿਊਸ ਕਰਾਓ, ਉਹਨਾਂ ਨੂੰ ਉਹਨਾਂ ਵਿੱਚ ਬਹਿਣਾ ਦੱਸੋ, ਜਿੰਨਾ ਉਹਨਾਂ ਨੂੰ ਤੁਸੀਂ ਸੋਸ਼ਲ ਬਣਾ ਸਕਦੇ ਆ ਆਪਣੇ ਬੱਚਿਆਂ ਨੂੰ ਸੋਸ਼ਲ ਬਣਾਓ। ਐਂਡ ਕੋਈ ਵੀ ਤੁਹਾਡਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਵੀ ਤੁਹਾਨੂੰ ਕਿਸੇ ਨੇ ਤੁਸੀਂ ਗੱਲ ਦੱਸੀ ਹੈ ਤੁਹਾਡੇ ਬੱਚੇ ਬਾਰੇ, ਲਾਈਕ ਇੱਕ ਜਿਹੜਾ ਕਲਚਰ ਆਫ ਬਲੇਮ ਆ ਨਾ, ਉਹ ਨਹੀਂ ਹੋਣਾ ਚਾਹੀਦਾ। ਐਂਡ ਡੋਂਟ ਬੀ ਅਫਰੇਡ ਟੂ ਸੇ ਨੋ ਆਪਣੇ ਬੱਚੇ ਨੂੰ ਟਾਈਮ ਦੇਣ ਦੀ ਖਾਤਰ, ਤੁਸੀਂ ਲਾਈਕ ਡੋਂਟ ਬੀ ਅਫਰੇਡ ਕਿ ਮੇਰਾ ਬੱਚੇ ਦਾ ਟਾਈਮ ਆ, ਮਤਲਬ ਬੱਚੇ ਦਾ ਟਾਈਮ ਆ, ਹੈ ਨਾ, ਵੀ ਆਪਣੇ ਥੋੜ੍ਹਾ ਹੁੰਦਾ ਵਾ, ਹੈ ਨਾ। ਸੋਰੀ, ਐਡ ਕਰਨਾ ਚਾਹੂੰਗੀ ਕਿ ਆਪਾਂ ਜਿਹੜੇ ਬੱਚਿਆਂ ਨੂੰ ਆਪਾਂ ਜਦੋਂ ਸੋਸ਼ਲ ਮੀਡੀਆ ਡਿਪੈਂਡੈਂਸੀ ਤੋਂ ਹਟਾਉਣਾ ਚਾਹੁੰਦੇ ਹਾਂ, ਅਤੇ ਆਪਾਂ ਉਹਨਾਂ ਨੂੰ ਐਕਟੀਵਿਟੀਜ਼ ਡਿਫਰੈਂਟ ਜਿਹੜੀਆਂ ਮੇਨ ਸਟ੍ਰੀਮ ਐਕਟੀਵਿਟੀਜ਼ ਹੈਗੀਆਂ ਨੇ, ਸੋਕਰ ਆ ਜਾਂ ਬਾਸਕਟਬਾਲ ਆ ਜਾਂ ਹੋਰ ਮਿਊਜ਼ਿਕ ਜਾਂ ਕਲਚਰਲ ਐਕਟੀਵਿਟੀ ਮਿਊਜ਼ਿਕ ਹੈਗਾ, ਸੋ ਉਹਦੇ 'ਚ ਪਾਓ। ਪਰ ਕਈ ਵਾਰੀ ਫਾਈਨੈਂਸ਼ਲੀ ਇਹ ਪੋਸੀਬਲ ਨਹੀਂ ਹੁੰਦਾ, ਬਹੁਤ ਸਾਰੇ ਐਕਸਪੈਂਸਿਵ ਹੈ ਸਾਰੀਆਂ ਚੀਜ਼ਾਂ। ਸੋ ਇਨ ਦੈਟ ਕੇਸ ਆਪਾਂ ਪੇਰੈਂਟਸ ਆਪਣੇ ਬੱਚਿਆਂ ਨੂੰ ਵਾਲੰਟੀਅਰ ਲਈ ਭੇਜ ਸਕਦੇ ਹਾਂ, ਹੋਸਪਿਟਲਸ ਵਾਲੰਟੀਅਰ ਚਾਹੀਦੇ ਨੇ, ਈਵਨ ਸਕੂਲਸ ਵਾਲੰਟੀਅਰ ਚਾਹੀਦੇ ਨੇ। ਸੋ ਮੇਕ ਸ਼ੋਰ ਕਿ ਆਪਾਂ ਉਹਨਾਂ ਨੂੰ ਸਿਰਫ ਡਰਾਈਵ ਹੀ ਕਰਕੇ ਲੈ ਕੇ ਜਾਣਾ ਵਾਲੰਟੀਅਰ ਲਈ, ਪਰ ਉੱਥੋਂ ਬਹੁਤ ਕੁਝ ਸਿੱਖਦੇ ਨੇ। ਸੋ ਇਹ ਇੱਕ ਇਹ ਵੀ ਇੱਕ ਇੰਪੋਰਟੈਂਟ ਮੇਰੇ ਵੱਲੋਂ ਸੁਜੈਸ਼ਨ ਹੈਗੀ ਹੈ। ਬਹੁਤ ਵਧੀਆ ਲੱਗਿਆ ਜੀ, ਤੁਸੀਂ ਦੋਨੋਂ ਟੀਚਰਸ ਵੀ ਰਹੇ, ਕਿਤੇ ਨਾ ਕਿਤੇ ਸੋਸ਼ਲ ਕਮਿਟਮੈਂਟ ਵੀ ਕੀਤੀ ਹੈ, ਤੁਸੀਂ ਪੇਰੈਂਟਿੰਗ ਵੀ ਕੀਤੀ ਹੋਈ ਆ, ਆਪਣੇ ਤਜ਼ਰਬਿਆਂ ਨਾਲ ਸੰਬੰਧਿਤ ਕੁਝ ਪੁਆਇੰਟ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆ। ਮਦਰ ਡੇ ਦੀਆਂ ਫਿਰ ਵਧਾਈਆਂ ਦੇਈਏ ਜੀ ਦਰਸ਼ਕਾਂ ਨੂੰ, ਦੱਸ ਦੇਈਏ। ਸੋ ਮਦਰ ਡੇ ਦੀਆਂ ਜੀ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਜਿੰਨੀਆਂ ਵੀ ਮਾਵਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਣਾਮ ਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ, ਸ਼ੁਕਰੀਆ। ਸੋ ਇਹ ਸਨ ਗੁਰੀ ਧਾਲੀਵਾਲ ਅਤੇ ਅਮਨਪ੍ਰੀਤ ਕੌਰ ਔਲਖ, ਜਿਨ੍ਹਾਂ ਨੇ ਮਦਰ ਡੇ ਦੇ ਸੰਬੰਧ ਦੇ ਵਿੱਚ ਆਪਣੇ ਤਜ਼ਰਬੇ ਸਾਂਝੇ ਕੀਤੇ ਵੀ ਕਿਵੇਂ ਅਸੀਂ ਬੱਚਿਆਂ ਦੇ ਨਾਲ ਆਪਣੀ ਬੌਂਡਿੰਗ, ਅੰਡਰਸਟੈਂਡਿੰਗ, ਰਿਲੇਸ਼ਨਸ਼ਿਪ ਨੂੰ ਬਿਹਤਰ ਕਰ ਸਕਦੇ ਹਾਂ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਮਨਜੀਤ ਸਿੰਘ ਫੇਰੂਮਾਨ ਅਤੇ ਸਮੁੱਚੀ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਟੀਮ ਵੱਲੋਂ ਆਪ ਸਭ ਨੂੰ ਮਦਰ ਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤ ਨਾਲ।
तद तक मैनू दो जी इजाजत ते तुसी देखते रहना पंजाबी नैशनल टैलीविजन। उम्मीद तुहाडी, कोशिश साडी, धन्नवाद।